ਸਕੂਲ ਸਾਰੇ ਦਾ ਸਵਾਗਤ ਹੈ ਐਨਸੀਆਰਟੀ ਅਤੀਤ ਦੇ ਵਿੱਚ ਆਪਾਂ ਐਨਸੀਆਰਟੀ ਹਿਸਟਰੀ ਸ਼ੁਰੂ ਕਰਨ ਲੱਗੇ ਆਂ ਜਿਹਦੇ ਅੰਦਰ ਆਪਾਂ ਸਾਰੀ ਦੀ ਸਾਰੀ ਐਂਸ਼ੀਅਨ ਮਟੀਰੀਅਲ ਮਾਡਰਨ ਆਪਾਂ ਤਿੰਨੋ ਸਬਜੈਕਟ ਕਵਰ ਕਰਾਂਗੇ ਐਨਸੀਆਰਟੀ ਦੇ ਫੇਸ ਵਿੱਚ ਜਿਹੜਾ ਆਪਣਾ ਮੇਨ ਕੰਮ ਆ ਇੱਥੇ ਜਿੰਨੇ ਵੀ ਇੰਪੋਰਟੈਂਟ ਪੁਆਇੰਟਸ ਹੈ ਉਹ ਸਾਰੀਆਂ ਚੀਜ਼ਾਂ ਆਪਾਂ ਕਵਰ ਕਰ ਸਕੀਏ ਉਹਨਾਂ ਡਿਟੇਲ ਵਿੱਚ ਪੜ ਸਕੀਏ ਸਮਝ ਸਕੀਏ ਠੀਕ ਹੈ ਅੱਜ ਆਪਣੀ ਤਿਆਰੀ ਦਾ 13ਵਾਂ ਦਿਨ ਆ ਚੁੱਕਿਆ ਹੈ ਲੈਕਚਰ ਇੱਕ ਪੁਰਾਤਨ ਇਤਿਹਾਸ ਸ਼ੁਰੂ ਕਰਨ ਲੱਗੇ ਆਂ ਸੋਡੇ ਸ਼ਿਕਾਰੀ ਅਤੇ ਚੀਜ਼ਾਂ ਇਕੱਠੇ ਕਰਨ ਵਾਲਿਆਂ ਇਹ ਆਪਣਾ ਪਹਿਲਾ ਚੈਪਟਰ ਹੋਊਗਾ ਤੇ ਫਿਰ ਸਿੰਧੂ ਘਾਟੀ ਸਭਿਅਤਾ ਬਾਰੇ ਆਪਾਂ ਪੜਾਂਗੇ ਤਾਂ ਦੋ ਚੈਪਟਰ ਆਜਦੇ ਆ ਇਸੇ ਤਰੀਕੇ ਨਾਲ ਆਪਾਂ ਹੌਲੀ ਹੌਲੀ ਸਾਰੇ ਚੈਪਟਰਾਂ ਦਾ ਜਿੰਨਾ بیس ਹੈ ਇਤੋਂ ਜ਼ਿਆਦਾ ਡਿਟੇਲ ਜਦੋਂ ਆਪਾਂ ਐਂਸ਼ੀਅਨ ਮੀਡੀਵਲ ਦੇ ਸਬਜੈਕਟ ਸ਼ੁਰੂ ਕਰਾਂਗੇ ਉੱਚ ਹੋਰ ਡਿਟੇਲ ਕਵਰ ਕਰਾਂਗੇ ਪਰ ਹਿਸਟਰੀ ਦਾ ਇੱਕ بیس ਬਣਾਉਣਾ ਜ਼ਰੂਰੀ ਹੈ ਪਹਿਲਾਂ ਕਿਉਂਕਿ ਦੇਖੋ ਤੁਹਾਨੂੰ ਵੀ ਇਹ ਪੜਦੇ ਹੋਏ ਪ੍ਰੋਬਲਮ ਆ ਸਕਦੀ ਹੈ ਤਾਂ ਤੁਹਾਨੂੰ ਪਹਿਲਾਂ ਹੀ ਇਹ ਦੱਸਣਾ ਜ਼ਰੂਰੀ ਹੈ హిస్టరీ కਈ ਵਾਰੀ ਬੱਚਿਆਂ ਨੂੰ ਪੜ੍ਹਨੀ ਯਾਦ ਕਰਨੀ ਔਖੀ ਲੱਗਦੀ ਹੈ ਤਾਂ ਬੱਚੇ ਕੀ ਕਰਦੇ ਹੈ ਕੋਸ਼ਿਸ਼ ਕਰਦੇ ਹੈ ਕਿ ਛੱਡ ਹੀ ਦਈਏ ਸਬਜੈਕਟ ਨੂੰ ਕਿ ਬਾਕੀ ਪੜ ਲੀਏ ਪਰ ਜੇ ਇਹਨੂੰ ਛੱਡ ਨਹੀਂ ਸਕਦੇ ਕਿਉਂਕਿ ਇਹਦੀ ਵੇਟੇਜ ਹਰ ਸਾਲ ਪੇਪਰ 'ਚ ਵੱਧਦੀ ਜਾ ਰਹੀ ਹੈ ਤੇ ਪੇਪਰ ਲਈ ਬਹੁਤ ਇੰਪੋਰਟੈਂਟ ਹੈ ਦੂਜੀ ਚੀਜ਼ ਇਹ ਪ੍ਰੋਬਲਮ ਜੇ ਤੁਹਾਨੂੰ ਆ ਰਹੀ ਹੈ ਤੁਸੀਂ ਇਕੱਲੇ ਨਹੀਂ ਹੋ 95% ਸਟੂਡੈਂਟਸ ਨੂੰ ਇਹ ਸੇਮ ਪ੍ਰੋਬਲਮ ਆਂਦੀ ਹੈ ਕਿ ਹਿਸਟਰੀ ਪਹਿਲੀ ਵਾਰੀ 'ਚ ਨਹੀਂ ਯਾਦ ਹੁੰਦੀ ਤੁਸੀਂ ਪਹਿਲੀ ਵਾਰੀ ਦਾ ਸਟ੍ਰੈਸ ਨਹੀਂ ਲੈਣਾ ਪਹਿਲੀ ਵਾਰੀ ਇਹੀ ਸਮਝਣ ਦੀ ਕੋਸ਼ਿਸ਼ ਕਰੋ ਕਿ ਹਾਂ ਕੀ ਕੀ ਚੀਜ਼ਾਂ ਜਦ ਜਦ ਫ੍ਰੀ ਹੋ ਚਾਹੇ ਵੀਡੀਓਜ਼ ਦੁਆਰਾ ਦੇਖੋ ਨਾਲ ਆਪਣੇ ਨੋਟਸ ਦੁਆਰਾ ਪੜੋ ਚਾਹੇ ਤੁਸੀਂ ਖੁਦ ਨੋਟਸ ਬਣਾਏ ਹੈ ਚਾਹੇ ਤੁਸੀਂ ਸਾਡੀ ਜਿਸ ਤੋਂ ਪੜ ਰਹੇ ਹੋ ਕਿਉਂਕਿ ਪੰਜਾਬੀ ਵਿੱਚ NCERT ਇਸ ਨਹੀਂ ਆਉਂਦੀਆਂ ਤਾਂ ਜਿਸ ਵੀ ਤਰੀਕੇ ਨਾਲ ਤੁਸੀਂ ਪੜ ਰਹੇ ਹੋ ਹ ਚਾਹੇ ਸਾਡੀ NCERT ਦੀ ਜਿਹੜੀ ਹਿਸਟਰੀ ਦੀ ਜਿਸਟਾਂ ਆਂਦੀ ਉਹ ਲਈਏ ਤੁਸੀਂ ਜਾਂ ਤੁਸੀਂ NCERT ਕਿਤਾਬਾਂ ਤੋਂ ਖੁਦ ਨੋਟਸ ਬਣਾ ਰਹੇ ਹੋ ਉਹਨਾਂ ਨੂੰ ਵਾਰ-ਵਾਰ ਪੜੋ ਲੈਕਚਰ ਨੂੰ ਵਾਰ-ਵਾਰ ਦੇਖੋ ਇੱਕ ਕਹਾਣੀ ਦੇ ਤੌਰ ਤੇ ਪਹਿਲਾਂ ਸਮਝੋ 3-4 ਰੀਡਿੰਗਸ ਤੋਂ ਬਾਅਦ ਜਾ ਕੇ ਤੁਹਾਨੂੰ ਹਿਸਟਰੀ ਯਾਦ ਹੋਣ ਲੱਗੂਗੀ ਤਾਂ ਇਹ ਸਭ ਤੋਂ ਪਹਿਲਾਂ ਦੱਸਣਾ ਜ਼ਰੂਰੀ ਹੈ ਇਸ ਪੂਰੇ ਸਬਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਕਿ ਤੁਸੀਂ ਇਸ ਚੀਜ਼ ਦੀ ਗਲਤੀ 'ਚ ਪੈ ਕੇ ਕਿਤੇ ਸਬਜੈਕਟ ਦੀ ਤਿਆਰੀ ਕਰਨਾ ਹੀ ਨਾ ਛੱਡ ਦਿਓ ਤਾਂ ਇਸ ਸੀਜ਼ਨ ਮੈਂ ਪਹਿਲਾਂ ਦੱਸਦਾ ਚਲੋ ਸ਼ੁਰੂ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਤਿਹਾਸ ਦੇ ਸਰੋਤ ਕੀ ਆਪਨੂੰ ਇਤਿਹਾਸ ਬਾਰੇ ਪਤਾ ਕਿੱਥੋਂ ਚੱਲਦਾ ਹੈ ਇਤਿਹਾਸ ਦੇ ਦੋ ਤਰੀਕੇ ਨਾਲ ਆਪਾਂ ਨੂੰ ਪਤਾ ਲੱਗ ਸਕਦਾ ਜਿਨੇ ਵੀ ਸਾਹਿਤਕ ਹੈ ਤੇ ਦੂਜੇ ਆ ਪੂਰਾ ਪੂਰਾ ਤਤਵ ਪੂਰਾ ਤਤਵ ਯਾਨੀ ਕਿ ਆਰਕੀਓਲੋਜੀਕਲ ਸਾਹਿਤ્ય ਮਤਲਬ ਲਿਟਰਰੀ ਜੋ ਲਿਖੇ ਗਏ ਹੈ ਦੇਖੋ ਲਿਟਰਰੀ ਸੋਰਸਸ ਆਪਣੇ ਜਦੋਂ ਆਪਾਂ ਐਂਸ਼ੀਅੰਟ ਮੀਡੀਵਲ ਟਾਈਮ ਦੀ ਗੱਲ ਕਰਦੇ ਆ ਉਸ ਟਾਈਮ ਜਿਹੜੇ ਲਿਖਣ ਵਾਲ ਲੋਕ ਹੁੰਦੇ ਸੀ ਉਹ ਜ਼ਿਆਦਾਤਰ ਬ੍ਰਾਹਮਣਸ ਇੱਕੋ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ ਇਸ ਕਾਰਨ ਜਿਹੜੇ ਆਪਣੇ ਸਾਹਿਤਕ ਸੋਰਸ ਹੈਗੇ ਹਨ ਇਹ ਥੋੜੇ ਜਿਹੀ ਇੱਕ ਤਾਂ ਪਾਰਸ਼ਲ ਹੈ ਕਿਉਂਕਿ ਇੱਕ ਬ੍ਰਾਹਮਣ ਲਿਖਦੇ ਸੀ ਰਾਜਿਆਂ ਦੇ ਉਹ ਕੋਟ ਵਿੱਚ ਬੈਂਦੇ ਸੀ ਰਾਜਿਆਂ ਦੇ ਦਰਬਾਰ ਚ ਬੈਂਦੇ ਸੀ ਰਾਜੇ ਕਸ਼ਤਰੀਆ ਸੀਗਾ ਤਾਂ ਆਪਣੇ ਜਿਹੜੀ ਬਾਕੀ ਕਮਿਊਨਿਟੀ ਦਾ ਇਤਿਹਾਸ ਹੈ ਨਾ ਉਹ ਕਿਤੇ ਨਾ ਕਿਤੇ ਲਿਖਿਆ ਨਹੀਂ ਗਿਆ ਤਾਂ ਥੋੜਾ ਜਿਹਾ ਅਮੀਰਾਂ ਦਾ ਇਤਿਹਾਸ ਜ਼ਿਆਦਾ ਲਿਖਿਆ ਗਿਆ ਕਿ ਰਾਜਿਆਂ ਬਾਰੇ ਲਿਖਿਆ ਗਿਆ ਵਡੇ ਵੱਡੇ ਵਪਾਰੀ ਹਮਾਰੇ ਚਾਹੇ ਲਿਖਿਆ ਗਿਆ ਹੋਵੇ ਰਾਜਿਆਂ ਬਾਰੇ ਜ਼ਿਆਦਾਤਰ ਲਿਖਿਆ ਗਿਆ ਠੀਕ ਹੈ ਤੇ ਬਾਕੀ ਧਰਮ ਬਾਰੇ ਲਿਖਿਆ ਗਿਆ ਬਾਕੀ ਚੀਜ਼ਾਂ ਆਮ ਲੋਕ ਕਿਦਾਂ ਦੀ ਜ਼ਿੰਦਗੀ ਬਿਤਾ ਰਹੇ ਸੀ ਕਿਉਂਕਿ ਆਮ ਲੋਕ ਪੈਸੇ ਥੋੜੀ ਦੇਣ ਵਾਲੇ ਲਿਖਣ ਵਾਲੇ ਨਹੀਂ ਇਸ ਕਾਰਨ ਉਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਇਤਿਹਾਸ ਵਿੱਚੋਂ ਮਿਸਿੰਗ ਆ ਕਿਦਾਂ ਦੀ ਫਿਰ ਆਪਣੀ ਸੋਸਾਇਟੀ ਚੱਲ ਰਹੀ ਸੀ ਕੀ ਸੀਗਾ ਇਹਦੇ ਬਾਰੇ ਆਈਡੀਆ ਲਗਾਣਾ ਥੋੜਾ ਪੁਰਾਤਨ ਕਾਲ ਹੋਏ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਠੀਕ ਹੈ ਤਾਂ ਜਿਹੜੇ ਆਪਣੇ ਸਾਹਿਤ ਦੇ ਸਰੋਤ ਹੈ ਇਹਨਾਂ ਨੂੰ ਆਪਾਂ ਦੋ ਤਰੀਕੇ ਨਾਲ ਵੰਡ ਸਕਦੇ ਆ ਇੱਕ ਹੈ ਪ੍ਰਾਇਮਰੀ ਦੂਜੇ ਸੈਕੰਡਰੀ ਹੁਣ ਇਹ ਪ੍ਰਾਇਮਰੀ ਤੇ ਸੈਕੰਡਰੀ ਹੁੰਦੇ ਕੀ ਆ ਇਹਨਾਂ ਨੂੰ 1 ਡਿਗਰੀ ਤੇ 2 ਡਿਗਰੀ ਵੀ ਲਿਖ ਦਿੰਦੇ ਹੁੰਦੇ ਆ ਠੀਕ ਹੈ ਪ੍ਰਾਇਮਰੀ ਦਾ ਮਤਲਬ ਹੈ ਜਿਵੇਂ ਜਿਹੜੇ ਅੱਖੋਂ ਦੇਖੀਆਂ ਚੀਜ਼ਾਂ ਲਿਖੀਆਂ ਗਈਆਂ ਹੁਣ ਜਿਵੇਂ ਗੱਲ ਕਰਦੇ ਆ ਆਪਾਂ ਆਪਣੀ ਲਾਈਵ ਐਗਜ਼ਾਮਪਲ ਹੈ ਗੱਲ ਕਰਦੇ ਆ ਆਪਾਂ ਕੋਵਿਡ ਦਾ ਟਾਈਮ ਸੀਗੇ ਤੁਸੀਂ ਵੀ ਸੀਗੇ ਮੈਂ ਵੀ ਸੀਗਾ ਠੀਕ ਹੈ ਹੁਣ ਆਪਾਂ ਲੈਟਸ ਸਪੋ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਤੁਸੀਂ ਇੱਕ ਡਾਇਰੀ ਲਿਖਣੀ ਸ਼ੁਰੂ ਕੀਤੀ ਡਾਇਰੀ ਦੇ ਅੰਦਰ ਤੁਸੀਂ ਉਹੀ ਲਿਖ ਰਹੇ ਹੋਵੋਗੇ ਜੋ ਤੁਸੀਂ ਰੋਜ਼ ਦੇਖ ਰਹੇ ਹੋਵੋਗੇ ਲੋਕਾਂ ਦਾ ਕੀ ਰਿਸਪੌਂਸ ਹੈ ਕਿਦਾਂ ਵਾਇਰਸ ਫੈਲ ਰਿਹਾ ਹੈ ਦੁਨੀਆ ਪਰ ਚ ਕੀ ਹੋ ਰਿਹਾ ਹੈ ਦੁਨੀਆ ਪਰ ਦੀ ਸਰਕਾਰਾਂ ਦਾ ਕੀ ਰਿਸਪੌਂਸ ਹੈ ਹਰ ਚੀਜ਼ ਤੁਸੀਂ ਇਹੀ ਲਿਖੀ ਜਾ ਰਹੇ ਹੋ મતલਬ ਜੋ ਦੇਖ ਰਹੇ ਹੋਗੇ ਹੁਣ ਜੋ ਵੀ ਤੁਸੀਂ ਇਹ ਡਾਇਰੀ ਲਿਖੀ ਮੰਨ ਲਓ ਇਦਾਂ ਦੇ ਹੋਰ ਵੀ ਲੋਕਾਂ ਨੇ ਲਿਖੀਆਂ ਹੋਣਗੀਆਂ ਇਹ ਡਾਇਰੀ ਜਦੋਂ ਜਦੋਂ ਤੁਸੀਂ ਉਸੇ ਪੀਰੀਅਡ ਵਿੱਚ ਲਿਖੀ ਹੈ ਤੇ ਜੋ ਤੁਸੀਂ ਦੇਖ ਰਹੇ ਸੀ ਉਹੀ ਸਭ ਕੁਝ ਤੁਸੀਂ ਲਿਖਿਆ ਇਹਨਾਂ ਨੂੰ ਆਪਾਂ ਪ੍ਰਾਇਮਰੀ ਸੋਰਸ ਕਹਿੰਦੇ ਆੱਖੋ ਦੇਖਿਆ ਹਾਲ ਲਿਖਣਾ ਜਿਹੜੇ ਲੋਕ ਉਸ ਟਾਈਮ ਜ਼ਿੰਦਾ ਸੀਗੇ ਤੇ ਉਹਨਾਂ ਨੇ ਜੋ ਦੇਖਿਆ ਉਹੀ ਉਹ ਲਿਖ ਰਹੇ ਸੀ ਉਹਨਾਂ ਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਸੋਰਸ ਹੋਏ ਸੈਕੰਡਰੀ ਸੋਰਸ ਹਿਸਟਰੀ ਦੇ ਜਿਹੜੇ ਹੁੰਦੇ ਆ ਸੈਕੰਡਰੀ ਅਮ ਅਸਰੋ ਜਿਹੜੇ ਬਣਨਗੇ ਇਹ ਹੋਣਗੇ ਦੇਖੋ ਆ ਜਿਵੇਂ ਲੈਟਸ ਗੋ ਤੁਹਾਡੀ ਡਾਇਰੀ ਹੈ ਹੁਣ ਇਹ ਤੁਹਾਡੀ ਡਾਇਰੀ 500 ਸਾਲ ਬਾਅਦ ਅੱਜ ਤੋ ਕਿਸੇ ਨੂੰ ਮਿਲਦੀ ਹੈ ਮਤਲਬ 500 ਸਾਲ ਉਦੋਂ ਵੀ ਲੇਟ ਹੋ ਸਕਦਾ ਉਦੋਂ ਪਹਿਲਾਂ ਵੀ ਹੋ ਸਕਦਾ ਮਤਲਬ ਆਪਣਾ ਫੇਜ਼ ਨਹੀਂ ਰਿਹਾ ਜਦੋਂ ਆਪਾਂ ਜ਼ਿੰਦਾ ਸੀ ਉਹ ਵਾਲਾ ਟਾਈਮ ਨਹੀਂ ਰਿਹਾ ਉਸ ਟਾਈਮ ਕਿਸੇ ਨੂੰ ਡਾਇਰੀ ਮਿਲੀ ਤੇ ਉਹ ਬੰਦੇ ਨੇ ਹੋਰ ਵੀ ਇਦਾਂ ਦੀਆਂ ਡਾਇਰੀਆਂ ਇਕੱਠੀਆਂ ਕੀਤੀਆਂ ਉਹਨੇ ਸਾਰਿਆਂ ਨੂੰ ਪੜ ਕੇ ਜੋ ਵੀ ਨਿਚੋੜ ਕੱਢਿਆ ਉਹਨੇ ਆਪਣਾ ਲਿਖਣਾ ਸ਼ੁਰੂ ਕੀਤਾ ਕੀ ਕੀ ਹੋ ਰਿਹਾ ਸੀ ਉਹਦਾ ਕੁਝ ਪੈਰਾਗ੍ਰਾਫ ਲਿਖਿਆ ਕੀ ਰਿਸਪੌਂਸ ਰਿਹਾ ਇੰਟਰਨੈਸ਼ਨਲ ਸਰਕਾਰਾਂ ਦਾ ਸਰਕਾਰਾਂ ਨੇ ਕੀ ਚੰਗਾ ਕੀਤਾ ਕੀ ਮਾੜਾ ਕੀਤਾ ਇਦਾਂ ਦੀਆਂ ਸਾਰੀਆਂ ਚੀਜ਼ਾਂ ਜੇ ਇੱਥੇ ਲਿਖਤੀਆਂ ਉਹਨੇ ਸਾਰੇ ਅੱਡ ਅੱਡ ਅਕਾਊਂਟ ਪੜ੍ਹ ਕੇ ਉਹਨੇ ਟੋਟਲ ਆਪਣਾ ਨਿਚੋੜ ਲਿਖਤਾ ਇਦਾਂ ਦੀਆਂ ਚੀਜ਼ਾਂ ਨੂੰ ਕਹਿੰਦੇ ਸੈਕੰਡਰੀ ਜਿਹੜਾ ਬੰਦਾ ਖੁਦ ਉਸ ਟਾਈਮ ਤੇ ਨਹੀਂ ਰਿਹਾ ਪਰ ਉਸ ਬੰਦੇ ਨੇ ਬਾਕੀ ਜਿਹੜੇ ਪੁਰਾਣੇ ਉਸ ਜ਼ਮਾਨੇ ਦੀਆਂ ਜੋ ਚੀਜ਼ਾਂ ਲਿਖੀਆਂ ਹੋਈਆਂ ਉਹਨੂੰ ਪੜ੍ਹ-ਪੜ੍ਹ ਕੇ ਉਹਨੇ ਅਲਟੀਮੇਟਲੀ ਆਪਣਾ ਕਰੈਕਸ ਕੱਢਤਾ ਕਿ ਅੱਛਾ ਇਹਦਾ ਮਤਲਬ ਆਹ ਆ ਨਿਕਲਣਾ ਚਾਹੀਦਾ ਤੇ ਉਹਨੇ ਆਪਣਾ ਸਾਰਾ ਰਿਕਾਰਡ ਲਿਖਤਾ ਉਹਨੂੰ ਆਪਾਂ ਕਵਾਂਗੇ ਕਿ ਉਹਨੇ ਸੈਕੰਡਰੀ ਸੋਰਸ ਕੀਤਾ ਠੀਕ ਹੈ ਹੁਣ ਇਹਦਾ ਇੱਕ ਮੈਂ ਤੁਹਾਨੂੰ ਬਹੁਤ ਵੱਡਾ ਐਗਜ਼ਾਮਪਲ ਦਿੰਨਾ ਹਾਂ ਆਪਣੇ ਨਾ ਕਸ਼ਮੀਰ ਦੇ ਏਰੀਆ ਵਿੱਚ ਇੱਕ ਰਾਈਟਰ ਸੀਗਾ ਕਲਹਣ ਕਲਹਣ ਕਲਹਾਨ ਨੇ ਕੀ ਕੀਤਾ ਸੀ ਨਾ ਕਸ਼ਮੀਰ ਵਿੱਚ ਬਹੁਤ ਫੇਮਸ ਹੈ ਕਸ਼ਮੀਰ ਦੀ ਇਤਿκληਾਨ ਨੇ ਕੀ ਕੀਤਾ ਸਾਰੀ ਦੇ ਸਾਰੇ ਜਿੰਨੇ ਵੀ ਅੱਜ ਤੱਕ ਕਸ਼ਮੀਰ ਦੇ ਰਾਜੇ ਰਹੇ ਉਹਨਾਂ ਦੇ ਸਾਰਿਆਂ ਦੇ ਬਾਰੇ ਉਹਨੇ ਹਿਸਟਰੀ ਲਿਖੀ ਮਤਲਬ ਇਹ ਵੀ ਹੁਣ ਦਾ ਟਾਈਮ ਨਹੀਂ ਇਹਨੇ 9ਵੀਂ ਸੈਂਚਰੀ ਵਿੱਚ ਲਿਖੀ ਸੀ ਤਾਂ ਉਦੋਂ ਪਹਿਲਾਂ ਜਿੰਨੇ ਵੀ ਕਸ਼ਮੀਰ ਚ ਰਾਜੇ ਰਹੇ ਕੋਈ ਵੀ ਇਵੈਂਟ ਹੋਏ ਉਹਨੇ ਸਾਰੀਆਂ ਪੁਰਾਣੀਆਂ ਕਿਤਾਬਾਂ ਇਕੱਠੀਆਂ ਕੀਤੀਆਂ ਪਿਛਲੇ 1000 ਸਾਲ ਦੀਆਂ ਠੀਕ ਹੈ ਉਹਨੇ ਸਾਰੇਆਂ ਦੇ ਬਾਰੇ ਲਿਖਣਾ ਸ਼ੁਰੂ ਕੀਤਾ ਕਿ ਕਿੱਦਾਂ ਕਿੱਦਾਂ ਕਸ਼ਮੀਰ ਚ ਕੀ ਕੀ ਬਦਲਿਆ ਤੱਕਲ ਹਾਰਦਿਕ ਸਿੰਗਲ ਕਿਤਾਬ ਆਪਾਂ ਨੂੰ ਏਡੀ ਵੱਡੀ ਹਿਸਟਰੀ ਬਾਰੇ ਦੱਸ ਦਿੰਦੀ ਆ ਠੀਕ ਹੈ ਇਹ ਸਾਰੀ ਸਕੈੰਡਰੀ ਸੋਰਸ ਹੋਈ ਹਿਸਟਰੀ ਦੀ ਕਿਉਂਕਿ ਉਹਨੇ ਬਾਕੀ ਹਿਸਟਰੀ ਦੀਆਂ ਕਿਤਾਬਾਂ ਪੜ੍ਹ ਕੇ ਆਪਣੀ ਚੀਜ਼ ਲਿਖੀ ਹੈ ਠੀਕ ਹੈ ਕਲੀਅਰ ਹੈ ਹੁਣ ਦੂਜੇ ਪਾਸੇ ਪੂਰਾ ਤੱਤਵ ਸਰੋਤ ਕੀ ਹੁੰਦੇ ਆ ਦੇਖੋ ਜਿੰਨੇ ਵੀ ਆਪਾਂ ਜਦ ਵਿੱਚ ਕਿਲੇ ਬਣਾਏ ਆ ਕੁਝ ਹੋਰ ਬਣਾਇਆ ਅਪਾ ਹਰ ਜਗ੍ਹਾ ਕੋਈ ਨਾ ਕੋਈ ਮਟੀਰੀਅਲ ਯੂਜ਼ ਕੀਤਾ ਕੋਈ ਨਾ ਕੋਈ ਸਮਾਨ ਯੂਜ਼ ਕੀਤਾ ਹੁਣ ਇਹ ਜਿਹੜੀਆਂ ਚੀਜ਼ਾਂ ਇਹ ਥੋੜੀਆਂ ਮਹਿੰਗੀਆਂ ਬਣਦੀਆਂ ਇੱਥੇ ਪੈਸੇ ਜ਼ਿਆਦਾ ਖਰਚ ਹੋਣਗੇ ਤਾਂ ਇਹ ਦੋਨਾਂ ਸਭ ਤੋਂ ਪਹਿਲੀ ਗਲਤ ਇਹ ਹੈ ਕਿ ਇਹ ਜ਼ਿਆਦਾ ਪਰੋਸੇ लायक ਹੈ ਕਿਉਂ ਦੇਖੋ ਲਿਖਣ ਨੂੰ ਮੈਂ ਕੁਝ ਵੀ ਲਿਖ ਸਕਦਾ ਹਾਂ ਇਹ ਕਿਾ ਉਸ ਜ਼ਮਾਨੇ ਚ ਰਾਜੇ ਪੈਸੇ ਦੰਦੇ ਸੀ ਲਿਖਣ ਦੇ ਤਾਂ ਲੋਕੀ ਰਾਜੇ ਦੀ ਤਾਰੀਫ ਵਿੱਚ ਕਈ ਵਾਰੀ ਝੂਠ ਵੀ ਲਿਖ ਦਿੰਦੇ ਸੀ ਕਈ ਵੇ ਰਾਜਾ ਕੋਈ ਬੈਟਲ ਹਾਰ ਕੇ ਆਇਆ ਹੁੰਦਾ ਸੀ ਠੀਕ ਹੈ ਕੋਈ ਯੁੱਧ ਹਾਰ ਕੇ ਆਇਆ ਤਾਂ ਵੀ ਲਿਖ ਦਿੰਦੇ ਸੀ ਕਿ ਰਾਜਾ ਜਿੱਤੇ ਆ ਕਿਸੇ ਨਾ ਕਿਸ ਤਰੀਕੇ ਨਾਲ ਬਸ ਰਾਜਾ ਖੁਸ਼ ਰਹਿਣਾ ਚਾਹੀਦਾ ਹੁਣ ਇਹ ਜਿਹੜੀਆਂ ਚੀਜ਼ਾਂ ਕਿ ਰਾਜੇ ਨੂੰ ਇਦਾਂ ਝੂਠ ਇਹ ਲਿਖਣੀ ਆਸਾਨ ਹੈ ਪਰ ਜੇ ਮੈਂ ਕੋਈ ਚੀਜ਼ ਬਣਾਉਣ ਲੱਗਿਆ ਦੇਖੋ ਸਭ ਤੋਂ ਪਹਿਲਾਂ ਤਾਂ ਪੂਰਾ ਤਤਵ ਲਈ ਪੈਸਾ ਚਾਹੀਦਾ ਇਹ ਤਾਂ ਰਾਜਿਆਂ ਕੋਲ ਹੀ ਹੁੰਦਾ ਸੀ ਤੇ ਇਦਾਂ ਦੀਆਂ ਚੀਜ਼ਾਂ ਸਾਰੀ ਦੁਨੀਆ ਦੇ ਅੱਗੇ ਹੁੰਦੀਆਂ ਸੀ ਹੁਣ ਜੇ ਮੈਂ ਇੱਕ ਪੂਰਾ ਤੋਂ ਪੂਰਾ ਸਤੰਭ ਲਗਵਾ ਰਿਹਾ ਕਿਤੇ ਉਹ ਮੇਰੇ ਲੋਕਾਂ ਦੇ ਅੱਗੇ ਵੀ ਤਾਂ ਲੱਗੇ ਹੋਏ ਜੇ ਮੈਂ ਰਾਜਾ ਲੋਕੀ ਕਹਿਣਗੇ ਕਿ ਸਾਡਾ ਰਾਜਾ ਕਿੰਨਾ ਵੱਡਾ ਫਰਾਡ ਆ ਸਾਫ ਪਤਾ ਕਿ ਹਰ ਕਿ ਆਇਆ ਤਾਂ ਵੀ ਇਹ ਲਿਖਵਾਈ ਜਾਂਦਾ ਪਰ ਰਾਜੇ ਇਸ ਦੀਆਂ ਚੀਜ਼ਾਂ ਜਿਹੜੀ ਪਬਲਿਕ ਵਿੱਚ ਹੋਣ ਦਾ ਉਹ ਹੁੰਦਾ ਸੀ ਉਹ ਤੋਂ ਬਚ ਕੇ ਰਹਿ ਜਾਂਦੇ ਸੀ ਤੇ ਇਸ ਕਰਣੇ ਮਹਿੰਗੀਆਂ ਵੀ ਬਣਦੀਆਂ ਸੀ ਤਨਾ ਵੀ ਔਖਾ ਜਿਵੇਂ ਚਟਾਨ ਸ਼ਿਲਾ ਲਿਖ ਲਗਾ ਲੋ ਆਪਣੇ ਅਸ਼ੋਕ ਨੇ ਕੀ ਕੀਤਾ ਦੇਖੋ ਬਹੁਤ ਹੀ ਆਪਣੇ ਅਸ਼ੋਕ ਨੇ ਨਾ ਸਾਰੇ ਭਾਰਤ ਵਿੱਚ ਅੱਡੜ ਦੇ ਇਲਾਕਿਆਂ ਵਿੱਚ ਅਸ਼ੋਕਨ ਪਿੱਲਰ ਲਗਵਾਏ ਹੋਏ ਆ ਅਸ਼ੋਕ ਦੇ ਆਪਣੇ ਖੁਦ ਦੇ ਖੰਭੇ ਲਗਵਾਏ ਹੋਏ ਆ ਸਤੰਭ ਲਗਵਾਏ ਹੋਏ ਆ ਇਹ ਜਿੰਨੇ ਵੀ ਸਤੰਭ ਹੈ ਕੰਬਣੀ ਕਮਾਂਗੇ ਸਤੰਭ ਕਮਾਂਗੇ ਜਿੰਨੇ ਵੀ ਹ ਸਤੰਭ ਲੱਗੇ ਹੋਏ ਆ ਸਾਰੇ ਭਾਰਤ ਵਿੱਚ ਇਹ ਸਤੰਭਾਂ ਦੇ ਉੱਤੇ ਉਹਨੇ ਇਦਾਂ ਦੀਆਂ ਚੀਜ਼ਾਂ ਲਿਖੀਆਂ ਉਹ ਜੋ ਆਪਣੇ ਪ੍ਰਜਾ ਨੂੰ ਕਹਿਣਾ ਚਾਹੁੰਦਾ ਸੀ ਹੁਣ ਇਹ ਤੋਂ ਇੱਕ ਤਾਂ ਆਪਾਂ ਨੂੰ ਅਸ਼ੋਕ ਦਾ ਸੁਭਾਅ ਪਤਾ ਲੱਗਦਾ ਅਸ਼ੋਕ ਕੀ ਕਹਿਣਾ ਚਾਹੁੰਦਾ ਸੀ ਆਪਣੀ ਪ੍ਰਜਾ ਨੂੰ ਉਹ ਵੀ ਪਤਾ ਚੱਲਦਾ ਹੈ ਉਹਦੀ ਕਿੱਦਾਂ ਦੀ ਐਡਮਿਨਿਸਟ੍ਰੇਸ਼ਨ ਸੀ ਇਹ ਵੀ ਪਤਾ ਚੱਲਦਾ ਹੈ ਤਾਂ ਆਪਾਂ ਨੂੰ ਬਹੁਤ ਸਾਰੀ ਹਿਸਟਰੀ ਅਸ਼ੋਕਾ ਦੇ ਟਾਈਮ ਦੀ ਬਣਾਉਣ ਵਿੱਚ ਮਦਦ ਮਿਲਦੀ ਹੈ ਦੂਜਾ ਅਸ਼ੋਕਾ ਨੇ ਕਿਉਂਕਿ ਇਹ ਇਦਾਂ ਸਿੱਧੇ ਪਲੇਨ ਸਤੰਮ ਨਹੀਂ ਖੜੇ ਕੀਤੇ ਇਹਦੇ ਉੱਤੇ ਕੋਈ ਨਾ ਕੋਈ ਡਿਜ਼ਾਈਨ ਕੋਈ ਨਾ ਕੋਈ ਜਾਨਵਰ ਇਹ ਸਭ ਕੁਝ ਬਣਵਾਇਆ ਉਹਦੀ ਉਸ ਜ਼ਮਾਨੇ ਦੀ ਆਰਟ ਕਿੱਦਾਂ ਸੀ ਕਲਾਕ੍ਰਿਤੀ ਕਿੱਦਾਂ ਸੀ ਉਹ ਵੀ ਆਪਾਂ ਨੂੰ ਪਤਾ ਚੱਲਦੀਆਂ ਠੀਕ ਹੈ ਹੁਣ ਇਦਾਂ ਹੀ ਜਿਵੇਂ ਆਪਾਂ ਨੂੰ ਕਿਸੇ ਜ਼ਮਾਨੇ ਦੇ ਸਿੱਕੇ ਮਿਲਦੇ ਸਿੱਕੇ ਬਹੁਤ ਹੀ ਇੰਪੋਰਟੈਂਟ ਸੋਰਸ ਸਾਬਿਤ ਹੁੰਦੇ ਆ ਤਿੰਨ ਚੀਜ਼ਾਂ ਦੇ ਇਹ ਇੰਪੋਰਟੈਂਟ ਚੀਜ਼ਾਂ ਦੱਸਦੇ ਆਪਾਂ ਨੂੰ ਤਿੰਨ ਚੀਜ਼ਾਂ ਦੱਸਦੇ ਆ ਸਭ ਤੋਂ ਪਹਿਲੀ ਚੀਜ਼ ਜਿਹੜੀ ਇਹ ਦੱਸਦੇ ਦੇਖੋ ਸਿੱਕੇ ਮੈਂ ਲਿਖਵਾਉਣ ਨੂੰ ਲਿਖਵਾਦਾ ਕਿ ਮੇਰਾ ਜਿਹੜਾ ਸਮਰਾਜ ਸੀ ਬਹੁਤ ਹੀ ਅਮੀਰ ਸੀ ਠੀਕ ਹੈ ਤਾਂ ਕਿ ਆਣ ਵਾਲੇ ਜਦਵੀ ਰਾਜੇ ਪੜਨ ਉਹ ਪੜਨ ਕਿ ਅੱਛਾ ਇਹ ਰਾਜਾ ਬਹੁਤ ਅਮੀਰ ਸੀ ਪਰ ਜੇ ਮੈਨੂੰ ਇਸ ਜ਼ਮਾਨੇ ਦੇ ਸਿੱਕੇ ਮਿਲਦੇ ਆ ਮੈਂ ਉੱਥੇ ਦੇਖਦਾ ਕਿ ਜਿਹੜਾ ਸਿੱਕਾ ਮਿਲਿਆ ਉਸ ਜ਼ਮਾਨੇ ਸੋਨੇ ਤੇ ਚਾਂਦੀ ਦੇ ਸਿੱਕੇ ਹੁੰਦੇ ਸੀ ਇਹ ਜਿਹੜਾ ਸੋਨੇ ਦਾ ਸਿੱਕਾ ਮਿਲਿਆ ਇਹਦੀ ਪਿਓਰਿਟੀ ਬਹੁਤ ਘੱਟ ਹੈ ਠੀਕ ਹੈ ਹੁਣ ਦੇਖੋ ਜੇ ਤਾਂ ਮੈਂ ਬਹੁਤ ਅਮੀਰ ਹੋਊਗਾ ਜਿਹੜੇ ਮੇਰੇ ਸੋਨੇ ਦੇ ਸਿੱਕੇ ਹੋਣਗੇ ਨਾ ਉਹ ਵੀ ਬਹੁਤ ਹੀ ਪਿਓਰ ਬਹੁਤ ਹੀ ਵਧੀਆ ਕੁਆਲਿਟੀ ਦੇ ਬਣੇ ਹੋਣਗੇ ਪਰ ਜੇ ਮੇਰਾ ਰਾਜ ਹੀ ਅਮੀਰ ਨਹੀਂ ਹੈ ਤਾਂ ਮੇਰੇ ਸਿੱਕੇ ਵੀ ਗੰਦੀ ਕੁਆਲਿਟੀ ਦੇ ਹੋਣਗੇ ਤੇ ਹੋਰ ਵੀ ਮਿਲਾਵਟਾਂ ਕੀਤੀਆਂ ਹੋਣਗੀਆਂ ਬਸ ਸਿੱਕੇ ਬਣਾ ਲਈ ਤਾਂ ਜਿਹੜੇ ਜਿਵੇਂ ਗੁਪਤਾ ਰੂਲਰਸ ਬਾਰੇ ਦੱਸਣਾ ਗੁਪਤਾ ਜਿਹਨੇ ਰਾਜ ਹੀ ਰਿਹਾ ਗੁਪਤਾਂ ਨੂੰ ਆਪਾਂ ਦੋ ਹਿੱਸਿਆਂ ਚ ਪੜ ਸਕਦੇ ਗੁਪਤਾ ਸਾਮਰਾਜ ਅੱਗੇ ਜਾ ਕੇ ਆਪਾਂ ਪੜਾਂਗੇ ਵੀ ਜਿਹੜੇ ਪਹਿਲਾਂ ਗੁਪਤਾ ਦੇ ਰਾਜੇ ਰਹੇ ਐ ਇਹ ਸਾਰੇ ਅਮੀਰ ਸੀ ਇਹਨਾਂ ਦੇ ਟਾਈਮ ਇੰਨੇ ਪਿਓਰ ਸਿੱਕੇ ਆਏ ਐ ਸੋਨੇ ਦੇ ਕਿ ਉਹਨਾਂ ਦੇ ਉੱਤੇ ਦੰਦ ਮਾਰੋਗੇ ਸੋਨਾ ਵੈਸੇ ਇੰਨਾ ਸੌਫਟ ਹੁੰਦਾ ਕਿ ਦੰਦ ਛੱਪ ਜਾਣ ਜ਼ੋਰ ਦਿਓ ਕਰੋਗੇ ਦੰਦ ਛੱਪ ਜਾਣ ਤਾਂ ਇੰਨੇ ਪਿਓਰ 골 ਦੇ ਕਿਉਂਕਿ ਉਹ ਐਕਚੁਅਲੀ ਅਮੀਰ ਸੀਗੇ ਜਿਹੜੇ ਬਾਅਦ ਚ ਗੁਫਤਾ ਰਾਜੇ ਰਹੇ ਐ ਉਹ ਇੰਨੇ ਗਰੀਬ ਸੀ ਕਿ ਉਹ ਤਾਂ ਜਿਹੜੇ ਲੋਹੇ ਦੇ ਛੋਟੇ ਛੋਟੇ ਟੁਕੜੇ ਆ ਉਹਨਾਂ ਨੂੰ ਪੋਰਟਲੀਆਂ ਚ ਬੰਨ ਬੰਨ ਕੇ ਉਹਨਾਂ ਨੂੰ ਯੂਜ਼ ਕਰ ਰਹੇ ਸੀ ਕਰੰਸੀ ਦੇ ਤੌਰ ਤੇ ਤਾਂ ਇਹ ਤਾਂ ਪਤਾ ਚੱਲਦਾ ਕਿ ਆਪਣੇ ਉਸ ਟਾਈਮ ਦੀ ਆਰਥਿਕਤਾ ਕਿਦਾਂ ਦੀ ਸੀ ਆਰਥਿਕ ਹਾਲਾਤ ਕਿਦਾਂ ਦੇ ਸੀ ਜਿੰਨੇ ਜ਼ਿਆਦਾ ਕਿਸੇ ਕੋਲੇ ਪੈਸਾ ਹੋਊਗਾ ਉਹਨੇ ਹੀ ਉਹ ਪਿਓਰ ਸਿੱਕੇ ਛਪਵਾ ਪਊਗਾ ਦੂਜੀ ਚੀਜ਼ ਹੁਣੇ ਸਿੱਕਿਆਂ ਉੱਤੇ ਕੋਈ ਨਾ ਕੋਈ ਫੋਟੋ ਜਾਂ ਕੋਈ ਚੀਜ਼ ਬਣਵਾਈ ਜਾਂਦੀ ਸੀ ਕੋਈ ਨਾ ਕੋਈ ਜੀਸ ਬਣਾਈ ਜਾਂਦੀ ਸੀ ਹੁਣ ਇਹਦੇ ਅੰਦਰ ਕੋਈ ਨਾ ਕੋਈ ਰੱਬ ਹੋ ਸਕਦਾ ਜੀ ਤਾਂ ਆਪਣੇ ਹੀ ਪਤਾ ਲੱਗ ਜੂਗਾ ਉਹ ਕਿਹੜੇ ਧਰਮ ਵਿੱਚ ਵਿਸ਼ਵਾਸ ਕਰਦੇ ਸੀ ਜਾਂ ਕਿਹੜੇ ਰੱਬ ਨੂੰ ਮੰਨਦੇ ਸੀ ਜਿਹੜੇ ਰਾਜੇ ਸੀ ਜਾਂ ਰਾਜੇ ਕਈ ਵਾਰੀ ਆਪਣੀ ਖੁਦ ਦੀ ਖੂਬੀਆਂ ਨੂੰ ਛੁਪਵਾ ਦਿੰਦੇ ਸੀ ਜਿਵੇਂ ਕਿ ਗੁਪਤਾਸ ਦੀ ਗੱਲ ਕਰੀਏ ਤਾਂ ਸਮੁੰਦਰ ਗੁਪਤ ਨੇ ਇੱਕ ਆਪਣਾ ਸਿੱਕਾ ਬਣਵਾਇਆ ਹੋਇਆ ਹੈ ਜੀ ਤੇ ਉਹ ਵੀਨਾ ਵਜਾ ਰਹੇ ਹਨ ਤਾਂ ਇਹ ਤੋਂ ਪਤਾ ਚੱਲਦਾ ਹੈ ਕਿ ਜਿਹੜਾ ਸਮੁੰਦਰ ਗੁਪਤ ਸੀਗਾ ਗੁਪਤਾ ਸਮਰਾਜ ਵਿੱਚ ਸਮੁੰਦਰ ਗੁਪਤ ਰਾਜੇ ਦਾ ਨਾਮ ਸੀ ਸਮੁੰਦਰ ਗੁਪਤ ਨੂੰ ਇਕ ਤਾਂ 뮤זיਕ ਦਾ ਸ਼ੌਂਕ ਹੋਊਗਾ ਦੂਜਾ ਵੀਨਾ ਨੂੰ ਵਜਾਉਣਾ ਆਉਂਦਾ ਹੋਊਗਾ ਉਹਨੇ ਤਾਂ ਹੀ ਵੀਨਾ ਚੁਣਿਆ ਨਹੀਂ ਤਾਂ ਹੋਰ ਵੀ ਤਬਲਾ ਵਜਾ ਲੈਂਦਾ ਠੀਕ ਹੈ ਤਾਂ ਵੀਨਾ ਦਾ ਉਹਨੂੰ ਸ਼ੌਂਕ ਸੀ ਤੇ 뮤 ਮਤਲਬ ਵੀਨਾ ਨੂੰ ਵਜਾਉਣਾ ਆਉਂਦਾ ਸੀ 뮤זיਕ ਦਾ ਉਹਨੂੰ ਸ਼ੌਂਕ ਸੀ ਇਦਾਂ ਦੀਆਂ ਚੀਜ਼ਾਂ ਬਾਰੇ ਆਪਾਂ ਨੂੰ ਪਤਾ ਚੱਲਦਾ ਜੋ ਵੀ ਸਿੱਕੇ ਉੱਤੇ ਬਣਿਆ ਹੋਇਆ ਤੀਜੀ ਚੀਜ਼ ਹੈ ਇਹ ਸਿੱਕਾ ਆਪਾਂ ਨੂੰ ਦੁਨੀਆ 'ਚ ਕਿੱਥੇ-ਕਿੱਥੇ ਮਿਲੇ ਆ ਇਹਦੀ ਵੀ ਨਿਸ਼ਾਨੀ ਹੈ ਦੇਖੋ ਆਪਣੇ ਭਾਰਤ ਤੋਂ ਕਿੰਨੀ ਦੂਰ ਜਾ ਕੇ ਮਿਲੇ ਆ ਉੱਥੇ ਉਸ ਜ਼ਮਾਨੇ 'ਚ ਵਪਾਰੀਆਂ ਨੂੰ ਸੋਨੇ ਦੇ ਇਹ ਤੋਂ ਮਤਲਬ ਹੁੰਦਾ ਸੋਨੇ ਦੇ ਸਿੱਕਾ ਕਿੰਨਾ ਪਿਓਰ ਹੈ ਕਿੰਨਾ ਕੀ ਹੈ ਗ੍ਰੀਸ ਦੇ ਸਿੱਕੇ ਆਪਣੇ ਇੱਥੇ ਮਿਲ ਰਹੇ ਆ ਜਿਸ ਟਾਈਮ ਵਿੱਚ ਮਿਲ ਰਹੇ ਆ ਆਪਾਂ ਨੂੰ ਹੋਊਗਾ ਉਸ ਜ਼ਮਾਨੇ ਦੇਖੋ ਟ੍ਰੇਡ ਕਿੰਨਾ ਭਾਰਤ ਦਾ ਜਾਂਦਾ ਹੋਗਾ ਇਸ ਤਰੀਕੇ ਨਾਲ ਪਤਾ ਚੱਲਦਾ ਕਿ ਅੱਛਾ ਆਪਾਂ ਇੰਨੀ ਦੂਰ ਦੂਰ ਤੱਕ ਵੀ ਵਪਾਰ ਕਰ ਰਹੇ ਸੀ ਤਾਂ ਇਹ ਵੀ ਇੱਕ ਨਿਸ਼ਾਨੀ ਹੁੰਦੀ ਆ ਹੁਣ ਇਹਦੇ ਇਲਾਵਾ ਜਦ ਵੀ ਆਪਾਂ ਜਿੰਨੇ ਕਿਲੇ ਬਣਾਣੇ ਕੁਝ ਵੀ ਬਣਾਣੇ ਆਪਾਂ ਕਿਹੜਾ ਸਮਾਨ ਵਰਤ ਰਹੇ ਕਿਹੜਾ ਪੱਥਰ ਵਰਤ ਰਹੇ ਆ ਉਹ ਪੱਥਰ ਉਸ ਇਲਾਕੇ ਵਿੱਚ ਪਾਇਆ ਜਾਂਦਾ ਹੈ ਇਹ ਰਾਜੇ ਨੇ ਖਾਸ ਮਿਹਨਤ ਕਰਕੇ ਕਿ ਤੋਂ ਦੂਰ ਮੰਗਾਇਆ ਦੁਰ ਮੰਗਵਾਇਆ ਜਿਵੇਂ ਤਾਜ ਮਹਿਲ ਬਣਿਆ ਸੰਗੀ ਮਰਵਰ ਦੇ ਪੱਥਰ ਥੋੜੇ ਇਟਲੀ ਤੋਂ ਵੀ ਆਏ ਆ ਠੀਕ ਹੈ ਹੋਰ ਪੱਥਰ ਥੋੜੇ ਅਫਗਾਨਿਸਤਾਨ ਅੱਡਰ ਏਰੀਆ ਤੋਂ ਮੰਗਾਏ ਗਏ ਆ ਹੁਣ ਤਾਂ ਹੀ ਉਹਨੂੰ ਇੰਨੇ ਮਹਿੰਗੇ ਪਏ ਉਹ ਪੱਥਰ ਪਰ ਉਹਨੇ ਸ਼ੌਂਕ ਨਿਭਾਇਆ ਆਪਣਾ ਚਾਹੇ ਉਤਬਦ ਮੁਗਲ ਸਮਰਾਜ ਨੂੰ ਹੀ ਕੰਗਾਲ ਕਰਤਾ ਪਰ ਅਗਲਾ ਸ਼ੌਂਕ ਨਿਭਾ ਕੇ ਗਿਆ ਆਪਣਾ ਹੁਣ ਇਦਾਂ ਦੇ ਤੋਂ ਪਤਾ ਚੱਲਦਾ ਦੇਖੋ ਰਾਜਾ ਜਿੱਦਾਂ ਦਾ ਮਟੀਰੀਅਲ ਯੂਜ਼ ਕਰੂਗਾ ਜਿੱਦਾਂ ਦੀ ਕੰਸਟਰਕਸ਼ਨ ਕਰਵਾਊਗਾ ਕਿ ਰਾਜੇ ਕੋਲੇ ਪੈਸਾ ਕਿੰਨਾ ਸੀ ਤੇ ਉਸ ਟਾਈਮ ਸਮਰਾਜ ਦਾ ਹਾਲ ਕੀ ਸੀ ਮਤਲਬ ਪੂਰੇ ਦੇ ਪੂਰੇ ਕਿੰਗਡਮ ਦਾ ਕੀ ਹਾਲ ਸੀ ਕਿਉਂਕਿ ਦੇਖੋ ਰਾਜਾ ਤਾਂ ਹੀ ਖਰਚਾ ਕਰ ਸਕਦਾ ਜੇ ਟੈਕਸ ਚੰਗਾ ਆ ਰਿਹਾ ਹੋਵੇ ਟੈਕਸ ਤਾਂ ਹੀ ਚੰਗਾ ਆ ਰਿਹਾ ਹੋਵੇ ਜੇ ਲੋਕ ਕਮਾ ਰਹੇ ਹੋਣਗੇ ਤੇ ਇਸ ਤਰੀਕੇ ਨਾਲ ਪਤਾ ਚੱਲਦਾ ਕਿ ਅੱਛਾ ਉਹ ਲੋਕ ਅਮੀਰ ਹੋ ਰਹੇ ਸੀ ਜਾਂ ਗਰੀਬ ਹੋ ਰਹੇ ਸੀ ਹੁਣ ਸਭ ਤੋਂ ਪਹਿਲੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਸ਼ਿਕਾਰੀ ਅਤੇ ਚੀਜ਼ਾਂ ਇਕੱਠੇ ਕਰਨ ਵਾਲੇ ਸੀਗੇ ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਣਾ ਸਮਾਜ ਸੀ ਆਪਾਂ 20000 ਸਾਲ ਪਹਿਲਾਂ ਤੇ ਤੇ ਪ੍ਰੋਪਰਲੀ ਜਿਹੜੇ ਅੱਜ ਆਪਾਂ ਫਾਰਮਸ ਇਨਸਾਨ ਐਗਜ਼ਿਸਟ ਕਰਦੇ ਆਂ ਆਪਣੀ ਬੈਕਬੋਨ ਸਿੱਧੀ ਹੈ ਇਸ ਤਰੀਕੇ ਦੇ ਇਨਸਾਨ ਆਪਾਂ 20000 ਸਾਲ ਪਹਿਲਾਂ ਐਗਜ਼ਿਸਟੈਂਸ ਵਿੱਚ ਆਏ ਆਂ ਹੁਣ ਜਦ ਹੀ ਆਏ ਆਂ ਆਪਾਂ ਨੂੰ ਬਹੁਤ ਛੇਤੀ ਇਹ ਸਾਾਸ ਹੋ ਗਿਆ ਕਿ ਆਪਾਂ ਦਾ এনवायरमेंट ਵਿੱਚ ਤਾਂ ਨਿਕੰਮਈ ਹੈ ਇਹ ਤੁਸੀਂ ਦੇਖੋਗੇ ਨਾ ਆਪਾਂ ਤੇਜ਼ ਭੱਜ ਸਕਦੇ ਆਂ ਨਾ ਆਪਾਂ ਪੇੜ ਚੜ੍ਹ ਸਕਦੇ ਆਂ ਨਾ ਆਪਣੇ ਨੌ ਜਾਂ ਦੰਦ ਇੰਨੇ ਤਿੱਖੇ ਹੈ ਕਿ ਆਪਾਂ ਕਿਸਦਾ ਐਕਚੁਅਲੀ ਸ਼ਿਕਾਰ ਕਰ ਸਕੀਏ ਆਪਣੇ ਕੋਲੇ ਸਿਰਫ ਇੱਕੋ ਚੀਜ਼ ਆਉ ਆਪਣੇ ਦਿਮਾਗ ਤਾਂ ਆਪਾਂ ਨੂੰ ਬਹੁਤ ਇਸ ਚੀਜ਼ ਦਾ ਪਹਿਲੇ ਹੀ ਅਹਿਸਾਸ ਹੋ ਗਿਆ ਕਿ ਜੇ ਤਾਂ ਆਪਾਂ ਅਡਰ ਰਵਾਂਗੇ ਆਪਾਂ ਸਾਰੇ ਮਾਰੇ ਜਾਵਾਂਗੇ ਤਾਂ ਆਪਾਂ ਹਮੇਸ਼ਾ ਚੁੰਡ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਕਿ ਆਪਣੀ ਹਮੇਸ਼ਾ ਸਿਕਿਉਰਿਟੀ ਬਣੀ ਰਹੇ ਤਾਂ ਹੀ ਅੱਜ ਵੀ ਆਪਾਂ ਨੂੰ ਜ਼ਿਆਦਾ ਚੰਗਾ ਜਦ ਵੀ ਜ਼ਿਆਦਾ ਚੁੰਡ ਹੁੰਦਾ ਉਦੋਂ ਹੀ ਲੋਕਾਂ ਨੂੰ ਕਿਤੇ ਕੱਟ ਕਰਕੇ ਹੀ ਚੰਗਾ ਲੱਗਦਾ ਇਸੇ ਕਾਰਨ ਹੀ ਕਿਉਂਕਿ ਕਿਤਨੇ ਕਿਤੇ ਆਪਾਂ ਕੰਫਰਟੇਬਲ ਮਹਿਸੂਸ ਕਰਨਾ ਹੈ ਨਹੀਂ ਆਪਣਾ 20000 ਸਾਲ ਪੁਰਾਣਾ ਇਤਿਹਾਸ ਹੈ ਆਪਣਾ ਦਿਮਾਗ ਉਸੇ ਤਰੀਕੇ ਨਾਲ ਬਣਿਆ ਕਿ ਆਪਾਂ ਇਕੱਲੇ ਰਹਿ ਨਹੀਂ ਸਕਦੇ ਜ਼ਿਆਦਾ ਟਾਈਮ ਹੁਣ ਜਿਹੜੇ ਇਸ ਜ਼ਮਾਨੇ ਵਿੱਚ ਹੁਣ ਜਦੋਂ ਇਹਨਾਂ ਨੇ ਨਾਲ ਰਹਿਣਾ ਸ਼ੁਰੂ ਕੀਤਾ ਦੇਖੋ ਜ਼ਿੰਮੇਵਾਰੀਆਂ ਵੰਡੀਆਂ ਜ਼ਰੂਰੀ ਸੀ ਜ਼ਿੰਮੇਵਾਰੀਆਂ ਵਿੱਚ ਜਿਹੜੇ ਮਰਦ ਸੀਗੇ ਜਵਾਨ ਮਰਦ ਉਹ ਸ਼ਿਕਾਰ ਤੇ ਜਾਂਦੇ ਸੀ ਜਿਹੜੀਆਂ ਔਰਤਾਂ ਤੇ ਬਜ਼ੁਰਗ ਮਰਦ ਸੀਗੇ ਉਹ ਸਾਰੇ ਚੀਜ਼ਾਂ ਇਕੱਠੀਆਂ ਕਰਨ ਜਾਂਦੇ ਸੀ ਜਿਵੇਂ ਫਲ ਫਰੂਟ ਹੋਗੇ ਇਦਾਂ ਦੀਆਂ ਚੀਜ਼ਾਂ ਉਹ ਇਕੱਠੀਆਂ ਕਰਨ ਜਾਂਦੇ ਸੀ ਲੱਕਣਾ ਹੋ ਗਿਆ ਬਾਲਣ ਬਣਾਣ ਲਈ ਉਹ ਸਭ ਕੁਝ ਲੈਣ ਜਾਂਦੇ ਸੀ ਦੇਖੋ ਸ਼ਿਕਾਰ ਹਮੇਸ਼ਾ ਚੁੰਡ ਵਿੱਚ ਕੀਤਾ ਜਾਂਦਾ ਸੀ ਹੁਣ ਸ਼ਿਕਾਰ ਕਰਨ ਲਈ ਆਪਾਂ ਨੂੰ ਚਾਹੀਦੇ ਹਥਿਆਰ ਉਹਨਾਂ ਹਥਿਆਰ ਕਿੱਥੋਂ ਆਣਗੇ ਉਸ ਜ਼ਮਾਨੇ ਵਿੱਚ ਹਥਿਆਰ ਲਈ ਸਭ ਤੋਂ ਬੈਸਟ ਚੀਜ਼ ਜਿਹੜੀ ਹੈਗੀ ਆ ਉਹ ਹੈਗੇ ਆ ਤੁਹਾਡੇ ਪੱਥਰ ਦੇਖੋ ਪੱਥਰ ਇਨਸਾਨ ਨੇ ਬਹੁਤ ਛੇਤੀ ਸਮਝ ਲਿਆ ਕਿ ਪੱਥਰ ਪਹਿਲੀ ਗੱਲ ਤਾਂ ਭਾਰੀ ਹੈ ਕਿਸ ਨੂੰ ਮਾਰਾਂਗੇ ਵੱਜੂਗੀ ਪਰ ਆਪਾਂ ਨੇ ਦਿਮਾਗ ਲਗਾਇਆ ਕਿ ਜੇ ਮੈਂ ਇਹਨੂੰ ਕੋਈ ਨਾ ਕੋਈ ਸ਼ੇਪ ਦੇ ਦਾਂ ਇਹ ਆਪਣੇ ਆ ਮੈਨੂੰ ਮਾਰਨ ਦਾ ਕੰਮ ਵੀ ਅੱਗੇ ਦੇ ਦੇ ਦੂਗਾ ਤਾਂ ਮੈਂ ਕੀ ਕਰ ਸਕਦਾ ਜਿਹੜਾ ਹ ਪੱਥਰ ਹੈਗਾ ਇਸ ਪੱਥਰ ਨੂੰ ਇਸਤਮਾਲ ਕਰਾ ਚੀਜ਼ਾਂ ਕੱਟਣ ਲਈ ਠੀਕ ਹੈ ਕਿਸੇ ਜਾਨਵਰ ਦੇ ਖੋਬਣ ਲਈ ਇਦਾਂ ਦੇ ਤਾਂ ਆਪਾਂ ਨੂੰ ਪਹਿਲਾਂ ਪਰ ਸ਼ੇਪ ਦੇਣੀ ਜ਼ਰੂਰੀ ਹੈ ਇਹਦੇ ਹੁਣ ਦੋ ਤਰੀਕੇ ਸੀ ਪੱਥਰ ਤੇ ਪੱਥਰ ਮਾਰਨਾ ਤੇ ਦੂਜਾ ਪ੍ਰੈਸ਼ਰ ਫਲੇਕਿੰਗ ਜਿਹਨੂੰ ਕਹਿੰਦੇ ਹੁਣ ਪੱਥਰ ਤੇ ਪੱਥਰ ਮਾਰਨਾ ਕੀ ਹੈ ਦੇਖੋ ਪਹਿਲਾਂ ਇੱਕ ਵੱਡਾ ਪੱਥਰ ਲੈ ਕੇ ਆਓਗੇ ਤੁਹਾਡੇ ਕੋਲ ਕੋਈ ਪੱਥਰ ਹੋਊਗਾ ਇਦਾਂ ਦਾ ਜਿਹਦੇ ਵਿੱਚ ਤੁਸੀਂ ਸੋਚਿਆ ਕਿ ਅੱਛਾ ਮੈਂ ਕੁਝ ਬਣਾਣਾ ਹੈ ਹੁਣ ਪਹਿਲੀ ਗੱਲ ਤਾਂ ਇਹ ਪੱਥਰ ਨੂੰ ਤੋੜਨਾ ਹੈ ਤਾਂ ਕਿ ਥੋੜਾ ਜਿਹਾ ਸ਼ੇਪ ਵਿੱਚ ਆਵੇ ਤਾਂ ਇੱਕ ਪੱਥਰ ਦੇ ਉੱਤੇ ਦੂਜਾ ਪੱਥਰ ਮਾਰਨਾ ਸ਼ੁਰੂ ਤੇ ਛੋਟੇ ਪੱਥਰ ਨਾਲ ਤੁਸੀਂ ਤੋੜਨਾ ਸ਼ੁਰੂ ਕਰੋਗੇ ਹੁਣ ਜਦੋਂ ਹੌਲੀ ਹੌਲੀ ਟੁੱਟ ਕੇ ਥੋੜਾ ਬਹੁਤ ਸ਼ੇਪ ਦੇ ਕੋਲੇ ਕੋਲੇ ਰਹਿ ਗਿਆ ਇਹ ਕੇ ਇਦਾਂ ਦਾ ਬਸ ਥੋੜਾ ਵਿੰਗਰ ਟੇਡਾ ਹੋਇਆ ਪਰ ਸ਼ੇਪ ਦੇ ਕੋਲੇ ਬਣ ਗਿਆ ਹੁਣ ਇਹਨੂੰ ਕੀ ਕਰਨਾ ਹੈ ਦੇਖੋ ਹੁਣ ਜੋ ਤੁਹਾਨੂੰ ਪਤਾ ਕਿ ਹਾਂ ਬਸ ਹੁਣ ਆਲਮੋਸਟ ਸ਼ੇਪ ਆ ਗਈ ਹੈ ਹੁਣ ਬਸ ਇਹਨੂੰ ਸਹੀ ਆਕਾਰ ਦੇਣਾ ਤਾਂ ਦੂਜੇ ਪੱਥਰ ਪ੍ਰੈਸ਼ਰ ਫਲੈਕਿੰਗ ਹੀ ਹੁੰਦੀ ਹੈ ਹੁਣ ਰਗੜਨਾ ਸ਼ੁਰੂ ਕਰੋਗੇ ਕਿਸੇ ਪੱਥਰ ਨਾਲ ਤਾਂ ਕਿ ਜਿਹੜਾ ਐਕਸੈਸ ਵਾਲਾ ਜਿੰਨਾ ਪੱਥਰ ਉਹ ਸਾਰਾ ਰਗੜਿਆ ਜਾਵੇ ਜਿਹੜਾ ਤੁਹਾਨੂੰ ਹਥਿਆਰ ਜਿੱਦਾਂ ਦਾ ਚਾਹੀਦਾ ਉਹ ਬਣ ਜਾਵੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹ ਸਾਰੀ ਚੀਜ਼ਾਂ ਨੂੰ ਹਥਿਆਰਾਂ ਨੂੰ ਬਣਾਉਣਾ ਸ਼ੁਰੂ ਕੀਤਾ ਠੀਕ ਹੈ ਦੇਖੋ ਜਦੋਂ ਆਪਣੇ ਦਿਮਾਗ ਨਾਲ ਆਪਾਂ ਹਥਿਆਰ ਬਣਾ पाए ਆਪਣੀ ਹੌਲੀ ਹੌਲੀ ਸ਼ਿਕਾਰ ਕਰਨ ਦਾ ਤਰੀਕਾ ਵੀ ਵੱਧ ਗਿਆ ਦੇਖੋ ਪਹਿਲਾਂ ਕੀ ਸੀ ਪਹਿਲਾਂ ਆਪਾਂ ਬਹੁਤ ਵੱਡੇ ਵੱਡੇ ਹਥਿਆਰ ਬਣਾਉਂਦੇ ਸੀ ਪਰ ਜਿੰਨਾ ਤੁਸੀਂ ਵੱਡਾ ਹਥਿਆਰ ਬਣਾਉਂਗੇ ਉਨਾ ਹੀ ਤੁਹਾਨੂੰ ਚੱਕਣਾ ਔਖਾ ਚਲਾਉਣਾ ਵੀ ਔਖਾ ਹੈ ਕਿਉਂਕਿ ਏਡਾ ਭਾਰ ਹੋਊਗਾ ਨਾਲ ਹੌਲੀ ਹੌਲੀ ਆਪਨਾਂ ਇਹ ਅਹਿਸਾਸ ਹੋਇਆ ਕਿ ਦੇਖੋ ਜਿਹੜੇ ਛੋਟੇ ਸਾਈਜ਼ ਦੇ ਹਥਿਆਰ ਇਹਨਾਂ ਨੂੰ ਚਲਾਉਣਾ ਤੇਜ਼ ਚਲਾਉਣਾ ਤੇ ਚਲਾਉਣਾ ਸੌਖਾ ਹੈ ਤਾਂ ਆਪਾਂ ਕੀ ਕੀਤਾ ਹੌਲੀ ਹੌਲੀ ਵੱਡੇਆਂ ਤੋਂ ਛੋਟਿਆਂ ਵੱਲ ਸ਼ਿਫਟ ਕਰਨਾ ਸ਼ੁਰੂ ਕੀਤਾ ਇਹਨਾਂ ਦੀ ਹਾਈਟ ਕੱਟ ਹੁੰਦੀ ਗਈ ਹੈ ਠੀਕ ਹੈ ਇਹਨਾਂ ਨੂੰ ਜਿਹੜੇ ਛੋਟੇ ਸਾਈਜ਼ ਦੇ ਸੀਗੇ ਇਹਨਾਂ ਨੂੰ ਕਹਿੰਦੇ ਆ ਮਾਈਕਰੋ ਲਿਥਿਕ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਲਿਥਿਕ ਵਰਡ ਲਿਥ ਜਾਦੂਈ ਵਰਡ ਆਊਗਾ ਨਾ लिथवर्ड ਦਾ ਹਮੇਸ਼ਾ ਮਤਲਬ ਪੱਥਰਾਂ ਤੋਂ ਹੁੰਦਾ ਹੈ ਮਾਈਕਰੋ ਦਾ ਮਤਲਬ ਹੁੰਦਾ ਹੈ ਛੋਟਾ ਤਾਂ ਛੋਟੇ ਆਕਾਰ ਦੇ ਜਦੋਂ ਆਪਾਂ ਹਥਿਆਰ ਬਣਾਉਣੇ ਸ਼ੁਰੂ ਕੀਤੇ ਉਹਨਾਂ ਨੂੰ ਆਪਾਂ ਮਾਈਕਰੋ ਲਿਥਿਕ ਪੱਥਰ ਕਹਿੰਦੇ ਆ ਠੀਕ ਹੈ ਮਾਈਕਰੋ ਲਿਥਿਕ ਹਥਿਆਰ ਕਹਿੰਦੇ ਆ ਠੀਕ ਹੈ ਤਾਂ ਇਹਦੇ ਨਾਲ ਨਾਲ ਇੱਕ ਹੋਰ ਵੀ ਬਦਲਾਅ ਆਇਆ ਦੇਖੋ ਜਦੋਂ ਆਪਾਂ ਵੱਡੇ ਹਥਿਆਰ ਯੂਜ਼ ਕਰਦੇ ਸੀ ਨਾ ਆਪਾਂ ਜਾਨਵਰ ਵੀ ਵੱਡੇ ਸਾਈਜ਼ ਦੇ ਮਾਰਦੇ ਸੀ ਕਿਉਂ ਕਿਉਂਕਿ ਆਪਾਂ ਨੂੰ ਨਾ ਪਹਿਲਾਂ ਇਹੀ ਸੀਗਾ ਆਪਣੇ ਕੋਲੇ ਖਾਣੇ ਦੀ ਬਹੁਤ ਕਮੀ ਹੁੰਦੀ ਸੀ ਜਿਹੜੇ ਆਪਣੇ ਪੂਰਵਜ ਰੇਆ ਅੱਜ ਤੋਂ ਵੀ ਹਜ਼ਾਰ ਸਾਲ ਪਹਿਲਾਂ ਇਹਨਾਂ ਕੋਲ ਖਾਣੇ ਦੀ ਬਹੁਤ ਕਮੀ ਸੀ ਕਿਉਂਕਿ ਕਈ ਵਾਰੀ ਇਦਾਂ ਵੀ ਅੰਦਰ ਸੀ 2-2 3-3 ਦਿਨ ਤੱਕ ਖਾਣਾ ਹੀ ਨਹੀਂ ਲੱਭਦਾ ਸੀ ਤਾਂ ਇਹਨਾਂ ਨੂੰ ਇਹ ਹੁੰਦਾ ਸੀ ਜਦੋਂ ਕੋਈ ਜਾਨਵਰ ਲੱਭਿਆ ਤਾਂ ਉਸ ਜਾਨਵਰ ਵੱਡੇ ਜਾਨਵਰ ਨੇ ਮਾਰ ਲੀਏ ਤਾਂ ਕਿ ਰਾਜ ਕੇ ਖਾਣਾ ਖਾ ਲਈਏ ਅਗਲਾ ਖਾਣਾ ਪਤਾ ਨਹੀਂ ਕਦੋਂ ਮਿਲੇਗਾ ਤਾਂ ਇਸ ਕਾਰਨ ਆਪਾਂ ਵੱਡੇ ਜਾਨਵਰ ਮਾਰਦੇ ਪਰ ਹੁਣ ਜੇ ਤੁਸੀਂ ਆ ਮੈਮੂਥ ਵਰਗੇ ਵੱਡੇ ਵੱਡੇ ਜਾਨਵਰਾਂ ਨੂੰ ਮਾਰਨ ਜਾਓਗੇ ਇਹਨਾਂ ਨੇ ਆਪਣੇ ਵੀ ਤਾਂ ਕਿੰਨੇ ਬੰਦੇ ਨੂੰ ਮਾਰ ਦੇਣਾ ਜਦ ਤੱਕ ਆਪਾਂ ਇਹਨੂੰ ਮਾਰਾਂਗੇ ਤਾਂ ਆਪਣੇਆਂ ਜਾਨ ਬਹੁਤ ਲੋਕਾਂ ਦੀ ਜਾਨਦੀ ਸੀ ਇਸ ਕਾਰਨ ਆਪਾਂ ਇਹ ਕੀਤਾ ਕਿ ਦੇਖੋ ਵੱਡੇ ਜਾਨਵਰ ਦੀ ਜਗ੍ਹਾ ਜਿਹੜੇ ਖਰਗੋਸ਼ ਵਰਗੇ ਛੋਟੇ ਜਾਨਵਰ ਆ ਇਹਨਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰੀਏ ਤੇ ਜਦੋਂ ਆ ਮਾਈਕਰੋਲਿਥਿਕ ਬਣਾਏ ਇਹਦੇ ਨਾਲ ਨਾਲ ਆਪਾਂ ਹੋਰ ਵੀ ਦਿਮਾਗ ਲਗਾਇਆ ਜਿਵੇਂ ਆਪਾਂ ਨੂੰ ਤੀਰ ਕਮਾਨ ਚਲਾਣੇ ਆ ਗਏ ਆਪਾਂ ਇਹ ਹੀ ਸੀਜ਼ ਦਾ ਅਨੁਮਾਨ ਦੇਖੋ ਆਪਣਾ ਦਿਮਾਗ ਬਹੁਤ ਪਹਿਲਾਂ ਤੋਂ ਹੀ ਇਹ ਸਾਰੀ ਟ੍ਰੈਜੈਕਟਰੀ ਕਿੱਦਾਂ ਜਾਊਗੀ ਕਿ ਜਾਊਗੀ ਇਹਦੇ ਸਮਝਣਾ ਸ਼ੁਰੂ ਕੀਤਾ ਕਿ ਮੈਂ ਇੱਥੋਂ ਦੀ ਇੱਕ ਤੀਰ ਛੱਡਾਂ ਕੋਈ ਜਾਨਵਰ ਜੇ ਭੱਜ ਰਿਹਾ ਉਹਦੇ ਕਿੱਥੇ ਜਾ ਕੇ ਵੱਜੂਗਾ ਕਿ ਇੱਥੇ ਸ਼ਿਕਾਰ ਹੋ ਜੇ ਠੀਕ ਹੈ ਤਾਂ ਇਹੇ ਸਾਰੀ ਚੀਜ਼ਾਂ ਆਪਾਂ ਨੂੰ ਸਮਝ ਆਣੀ ਹੈ ਇੱਥੇ ਸ਼ੁਰੂ ਹੋ ਗਈਆਂ ਠੀਕ ਹੈ ਕਿ ਕਿਸ ਤਰੀਕੇ ਨਾਲ ਮੈਂ ਨਿਸ਼ਾਨਾ ਲਗਾਵਾਂ ਕਿਸ ਟ੍ਰੈਜੈਕਟਰੀ ਤੇ ਮੈਂ ਨਿਸ਼ਾਨਾ ਲਗਾਵਾਂ ਇੱਥੇ ਜਾ ਕੇ ਲੱਗੇ ਪਰ ਇਹ ਹੁਣ ਜਿਹੜੇ ਲੋਕ ਸੀ ਇਹ ਜ਼ਿਆਦਾ ਟਾਈਮ ਨੇ ਇੱਕ ਜਗ੍ਹਾ ਤੇ ਨਹੀਂ ਰਹਿੰਦੇ ਸੀ ਕਿਉਂ ਨਹੀਂ ਰਹਿੰਦੇ ਸੀ ਦੇਖੋ ਜੇ ਕਿਸੇ ਇੱਕ ਜਗ੍ਹਾ ਤੇ ਜ਼ਿਆਦਾ ਟਾਈਮ ਰਹਿਣਗੇ ਪੌਦੇ ਤੇ ਜਾਨਵਰ ਜਿੰਨੇ ਵੀ ਉਸ ਇਲਾਕੇ ਚ ਪਾਏ ਜਾਂਦੇ ਸਾਰੇ ਖਾ ਜਾਣਗੇ ਫਿਰ ਭੁੱਖੇ ਮਰਨਗੇ ਤਾਂ ਇਹ ਥੋੜਾ ਥੋੜਾ ਅੱਗੇ ਅੱਗੇ ਚੱਲਦੇ ਰਹਿੰਦੇ ਸੀ ਤਾਂ ਕਿ ਸਾਰਾ ਦਾ ਸਾਰਾ ਇੱਕ ਜਗ੍ਹਾ ਦਾ ਸਭ ਕੁਝ ਨਾ ਕੰਜ਼ਿਊਮ ਕਰ ਜਾਣ ਕਿ ਵਾਪਸ ਵੀ ਕਈ ਵਾਰੀ ਘੁੰਮ ਫਿਰ ਕੇ ਉੱਤੇ ਮੁੜਦੇ ਸੀ ਇਦਾਂ ਨਾ ਹੋਵੇ ਤੇ ਸਾਰਾ ਖਾਣਾ ਹੀ ਖਤਮ ਹੋ ਜਾ। ਦੂਜੀ ਗੱਲ ਜਾਨਵਰ ਖੁਦ ਵੀ ਇੱਕ ਜਗ੍ਹਾ ਤੇ ਨਿਰੁਕਦੇ ਸੀ ਜਾਨਵਰ ਵੀ ਤਾਂ ਚੱਲਦੇ ਰਹਿੰਦੇ ਆ ਤਾਂ ਇਸ ਕਾਰਨ ਇਹ ਵੀ ਜਾਨਵਰਾਂ ਦੇ ਨਾਲ-ਨਾਲ ਪਿੱਛੇ-ਪਿੱਛੇ ਜਾਂਦੇ ਰਹਿੰਦੇ ਸੀ ਸ਼ਿਕਾਰ ਕਰਨ ਲਈ ਕਿ ਇੱਥੇ ਜਾਨਵਰ ਜੇ ਉੱਥੋਂ ਚਲੇ ਗਏ ਤਾਂ ਉਹਨਾਂ ਨੇ ਪਿੱਛੇ ਰੁਕੇ ਕੀ ਕਰਨਾ ਹੈ ਠੀਕ ਹੈ ਕਲੀਅਰ ਹੈ ਇਦੋਂ ਅੱਗੇ ਜਿੰਨੇ ਵੀ ਦੇਖੋ ਪੌਦੇ ਹੈਗੇ ਆ ਉਹ ਹਮੇਸ਼ਾ ਅੜੜ ਰੁੱਤਾਂ ਵਿੱਚ ਆਪਣੇ ਫਲ ਦਿੰਦੇ ਆ ਹੁਣ ਜੇ ਰੁੱਤੀ ਚਲੀ ਗਈ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਪੌਦਿਆਂ ਦੀ ਜੇ ਰੁੱਤ ਆ ਰਹੀ ਹੈ ਮੈਂ ਉੱਧਰ ਚਲਾ ਜਾਮਾ ਉੱਥੇ ਜਾ ਕੇ ਮੈਨੂੰ ਚੀਜ਼ਾਂ ਇਕੱਠੀਆਂ ਕਰਨ ਨੂੰ ਮਿਲ ਜਊਗੀ ਇੱਥੇ ਤਾਂ ਕੁਝ ਵੀ ਨਹੀਂ ਮਿਲਣਾ ਇਸ ਕਾਰਨ ਠੀਕ ਹੈ ਤੇ ਤੀਜੀ ਗੱਲ ਆਪਾਂ ਦੇਖੋ ਸ਼ਿਕਾਰ ਤਾਂ ਤਾਂ ਵੀ ਕਰ ਲਾਂਗੇ ਚੀਜ਼ਾਂ ਤਾਂ ਇਕੱਠੀਆਂ ਕਰ ਲਾਂਗੇ ਆਪਣੇ ਕੋਲੇ ਪਾਣੀ ਰੱਖਣ ਦਾ ਕੋਈ ਉਸ ਟਾਈਮ ਸਰੋਤ ਨਹੀਂ ਸੀਗਾ ਕੋਈ ਜ਼ਰੀਆ ਨਹੀਂ ਸੀਗਾ ਤਾਂ ਆਪਾਂ ਨੂੰ ਹਮੇਸ਼ਾ ਇਦਾਂ ਦੇ ਏਰੀਆ ਵਿੱਚ ਰਹਿਣਾ ਜ਼ਰੂਰੀ ਸੀ ਜਿੱਥੇ ਪਾਣੀ ਆਸ-ਪਾਸ ਹੀ ਹੋਵੇ ਹੁਣ ਜਿੱਥੇ ਥੋੜਾ ਸੁੱਕਾ ਪੈ ਗਿਆ ਉੱਥੇ ਆਪਾਂ ਕਦੀ ਰਹਿ ਨਹੀਂ ਸਕਦੇ ਇਸ ਕਾਰਨ ਆਪਾਂ ਨੂੰ ਪਾਣੀ ਦੀ ਤਲਾਸ਼ ਹਮੇਸ਼ਾ ਚਲਦੇ ਰਹਿਣਾ ਪੈਂਦਾ ਸੀ ਤੇ ਆਪਾਂ ਜਿਹੜੀ ਜਗ੍ਹਾਵਾਂ ਤੇ ਰਹਿੰਦੇ ਵੀ ਸੀ ਉਹ ਵੀ ਇਦਾਂ ਦੀਆਂ ਹੁੰਦੀਆਂ ਸੀ ਜਿੱਥੇ ਆਸ-ਪਾਸ ਹੀ ਪਾਣੀ ਹੋਵੇ ਦੇਖੋ ਇਹਨਾਂ ਨੇ ਕੁਝ ਲਿਖਿਆ ਨਹੀਂ ਹੈ ਤਾਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਪਤਾ ਕਿੱਦਾਂ ਇਹ ਨਾ ਗੁਫਾਵਾਂ ਵਿੱਚ ਰਹਿੰਦੇ ਸੀ ਇਹਨਾਂ ਨੇ ਜਦ ਵੀ ਸਟੇ ਕਰਨਾ ਹੁੰਦਾ ਸੀ ਗੁਫਾਵਾਂ ਦੇ ਅੰਦਰ ਬਰਸਾਤ ਹੋ ਰਹੀ ਹੈ ਜਾਂ ਵੈਸੇ ਹੀ ਰਾਤੀਂ ਵੀ ਸੌਣਾ ਪ੍ਰੋਟੈਕਸ਼ਨ ਲਈ ਗੁਫਾਵਾਂ ਦੇ ਅੰਦਰ ਸੌਂਦੇ ਸੀ ਹੁਣ ਜਦ ਬਰਸਾਤ ਹੋ ਰਹੀ ਹੈ ਬਾਹਰ ਸ਼ਿਕਾਰ ਕਰ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੋਈ ਜਾਨਵਰ ਨਹੀਂ ਲੱਭਣਾ ਤੇ ਅੰਦਰ ਇਹ ਨਾ ਪਾਸ ਟਾਈਮ ਕਰਦੇ ਸੀ ਕੀ ਕਰਦੇ ਸੀ ਇਹ ਦੀਵਾਰਾਂ ਤੇ ਪਲਾਸਟਰ ਕਰਦੇ ਸੀ ਤੇ ਉਹਦੇ ਉੱਤੇ ਇਹਨਾਂ ਨੇ ਤਸਵੀਰਾਂ ਬਣਾਉਣੀਆਂ ਸ਼ੁਰੂ ਕੀਤੀ ਆ ਓਬਵੀਅਸਲੀ ਇਦਾਂ ਦੀਆਂ ਤਸਵੀਰਾਂ ਨਹੀਂ ਸਟਿਕ ਫਿਗਰ ਠੀਕ ਹੈ ਇਹ ਤਾਂ ਆਪਾਂ ਅੱਜ ਕਮਿਊਟਰ ਨਾਲ ਸਾਰੀਆਂ ਬਣਾਈਆਂ ਠੀਕ ਹੈ ਜਿਹਦੇ ਅੰਦਰ ਕਿਸ ਨੇ ਕੋਈ ਹਥਿਆਰ ਪੜਿਆ ਹੋਇਆ ਠੀਕ ਹੈ ਤਾਂ ਇਦਾਂ ਦੀ ਜਿਹੜੀਆਂ ਇਹਨਾਂ ਨੇ ਇਹ ਤਸਵੀਰਾਂ ਬਣਾਈਆਂ ਉਹ ਤੋਂ ਆਪਾਂ ਨੂੰ ਪਤਾ ਚੱਲਦਾ ਇਹ ਕੋਈ ਨਾ ਕੋਈ ਇਦਾਂ ਸ਼ਿਕਾਰ ਕਰਦੇ ਸੀ ਕਿਹੜੇ-ਕਿਹੜੇ ਜਾਨਵਰ ਇਹਨਾਂ ਨੇ ਬਣਾਏ ਆ ਕਿਹੜੇ-ਕਿਹੜੇ ਜਾਨਵਰਾਂ ਦਾ ਸ਼ਿਕਾਰ ਕਰਦੇ ਸੀ ਠੀਕ ਹੈ ਉਹਦੇ ਇਲਾਵਾ ਇਹਨਾਂ ਦੇ ਹੋਰ ਕਿਹੜੇ ਕੋਈ ਫੈਸਟੀਵਲ ਸੀਗੇ ਜਿਵੇਂ ਅੱਗ ਦੇ ਆ ਚਾਰੋ ਨੱਚਦੇ ਹੋਏ ਦੀ ਇਹਨਾਂ ਨੇ ਤਸਵੀਰ ਬਣਾਈ ਹੈ ਤਾਂ ਇਦਾਂ ਦਾ ਕੋਈ ਕੁਝ ਕਰਦੇ ਹੋਣੇ ਇਹਨਾਂ ਨੇ ਲਿਖਿਆ ਕੁਛ ਨਹੀਂ ਕਿ ਹਜ ਜੁਬਾਨ ਇਹ ਜਦ ਤੱਕ ਪ੍ਰੋਪਰਲੀ ਡਵੈਲਪ ਹੋਈ ਤਾਂ ਬਾਕੀ ਚੀਜ਼ਾਂ ਦਾ ਕਿੱਥੋਂ ਹੋਣੀ ਆ ਤੇ ਇਸ ਕਾਰਨ ਇਹੇ ਇਸ ਤਰੀਕੇ ਨਾਲ ਜ਼ਿੰਦਾ ਰਹੀ ਆ ਠੀਕ ਹੈ ਤਾਂ ਆਪਾਂ ਨੂੰ ਇਹਨਾਂ ਦੀ ਜਾਣਕਾਰੀ ਇਦਾਂ پتہ ਚੱਲਦੀ ਹੈ ਜਿਵੇਂ ਆਪਣੇ Madhya Pradesh ਵਿੱਚ भीम ਢੇਟਾ ਥੋੜੀ ਗੁਫਾਵਾਂ ਹੈਗੀਆਂ ਉੱਥੇ ਉੱਥੇ ਬਹੁਤ ਵਾਰੀ ਇਹ ਰੁਕੇ ਕਿਉਂਕਿ ਉੱਥੇ ਜਿੰਨੀਆਂ ਗੁਫਾਵਾਂ ਉੱਥੇ ਅੰਦਰ ਪੇਂਟਿੰਗਸ ਨਾਲ ਭਰੀਆਂ ਪਈਆਂ ਤੇ ਵਾਰ-ਵਾਰ ਉਸੇ ਇਲਾਕੇ ਵਿੱਚ ਆਉਂਦੇ ਰਹਿੰਦੇ ਸੀ ਇਸ ਤੋਂ ਆਪਾਂ ਨੂੰ ਉੱਥੋਂ ਦਾ ਪਤਾ ਚੱਲਦਾ ਹੁਣ ਇਹ ਤੋਂ ਅੱਗੇ ਇੱਕ ਪ੍ਰੈਕਟਿਸ ਬਾਰੇ ਦੱਸਣਾ ਜ਼ਰੂਰੀ ਹੈ ਮੀਗਾਲਿਥ ਕੀ ਹੁੰਦੇ ਸੀ ਦੇਖੋ ਇੰਨਾ ਚ ਨਾ ਆਪਾਂ ਨੂੰ ਇਹ ਲੱਗਦਾ ਹੈ ਕਿ ਇੱਕ ਟਾਈਮ ਤੋਂ ਬਾਅਦ ਨਾ ਕੋਈ ਨਾ ਕੋਈ ਕਿਸੇ ਨਾ ਕਿਸੇ ਟਾਈਪ ਦਾ ਨਾ ਕੋਈ ਧਰਮ ਜਾਂ ਵਿਸ਼ਵਾਸ ਇਹਨਾਂ ਦੇ ਅੰਦਰ ਆਣ ਲੱਗ ਗਿਆ ਸੀ ਇਹਦਾ ਸਭ ਤੋਂ ਵੱਡਾ ਸਬੂਤ ਹੈ ਮੀਗਾਲਿਥਿਕ ਦੇਖੋ ਲਿਥ ਮਤਲਬ ਫਿਰ ਪੱਥਰਾਂ ਤੋਂ ਹੀ ਹੈ ਮੀਗਾ ਦਾ ਮਤਲਬ ਵੱਡਾ ਪੱਥਰ ਠੀ ਏ ਕੀ ਕਰਦੇ ਸੀ ਇਹਨਾਂ ਨੇ ਦੇਖੋ ਪਹਿਲਾਂ ਆਪਣੇ ਜਦ ਵੀ ਕੋਈ ਨਾਲ ਦਾ ਮਾਰਿਆ ਜਾਂਦਾ ਸੀ ਜੰਗਲ ਦੇ ਅੰਦਰ ਸ਼ਿਕਾਰ ਕਰਦੇ ਉਹ ਜੇ ਮਾਰੇ ਗਿਆ ਜਾਂ ਵੈਸੇ ਵੀ ਉਹਨੂੰ ਜੰਗਲ ਛੱਡ ਜਾਂਦੇ ਸੀ ਕਿ ਜਾਨਵਰ ਜਾਨਵਰ ਖਾ ਜਾਣਗੇ ਬਸ ਖਤਮ ਹੋ ਜਾਊਗਾ ਪਰ ਹੌਲੀ ਹੌਲੀ ਸ਼ਾਇਦ ਇਹਨਾਂ ਦੇ ਅੰਦਰ ਕੋਈ ਵਿਸ਼ਵਾਸ ਕੁਝ ਚੀਜ਼ਾਂ ਆਣ ਲੱਗੀਆਂ ਤਾਂ ਹੀ ਇਹਨਾਂ ਨੇ ਧਰਮ ਵਰਗਾ ਕੁਝ ਬਣਾਉਣਾ ਸ਼ੁਰੂ ਕੀਤਾ ਹੋਊਗਾ ਆਪਨ ਪਤਾ ਨਹੀਂ ਹੈ ਧਰਮ ਪ੍ਰੋਪਰ ਬਣਿਆ ਹੈ ਜਾਂ ਬਸ ਕੁਝ ਵਿਸ਼ਵਾਸੀ ਪਰ ਇਹ ਜ਼ਰੂਰ ਹੈ ਕਿ ਇਹ ਮੌਤ ਤੋਂ ਬਾਅਦ ਵੀ ਕੋਈ ਜ਼ਿੰਦਗੀ ਹੁੰਦੀ ਹੈ ਇਦਾਂ ਦੀ ਚੀਜ਼ਾਂ ਵਿੱਚ ਇਹ ਵਿਸ਼ਵਾਸ ਕਰਨ ਲੱਗ ਗਏ ਸੀ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਦਫਨਾਉਣਾ ਸ਼ੁਰੂ ਕਰਤਾ ਦੇਖੋ ਅੱਜ ਵੀ ਆਪਣੇ ਜਿੰਨੇ ਵੀ ਧਰਮ ਹੈ ਮਰਨ ਤੋਂ ਬਾਅਦ ਜੋ ਵੀ ਕੋਈ ਸੈਰੇਮਨੀ ਆਪਾਂ ਕਰਦੇ ਆ ਉਹ ਇੱਕ ਤਰੀਕੇ ਨਾਲ ਧਰਮ ਦਾ 파ਟ ਹੈ ਧਰਮ ਹਰ ਧਰਮ ਵਿੱਚ ਦੇਖ ਲਓ ਮਰਨ ਤੋਂ ਬਾਅਦ ਆਪਾਂ ਕੋਈ ਨਾ ਕੋਈ ਸੈਰੇਮਨੀ ਕਰਦੀ ਚਾਹੇ ਅੱਗ ਦੇ ਹਵਾਲੇ ਕਰਦੀਏ ਚਾਹੇ ਆਪਾਂ ਦਫਨ ਕਰਦੀਏ ਕਿਸੇ ਨੂੰ ਚਾਹੇ ਆਪਾਂ ਪਾਣੀ 'ਚ ਬਹਾਦੀਏ ਕੋਈ ਧਰਮਾ ਚੋ ਵੀ ਹੈ ਇਦਾਂ ਦੀ ਕੋਈ ਵੀ ਜਿਹੜੀ ਪ੍ਰੈਕਟਿਸ ਹੈ ਜੈਨ ਧਰਮ ਵਿੱਚ ਉੱਥੇ ਖੁੱਲੇ ਮੈਦਾਨਾਂ 'ਚ ਛੱਡੇ ਆਂਦੇ ਵਲਚਰ ਖਾ ਜਾਂਦੇ ਉਹਨਾਂ ਨੂੰ ਅੱਦਰ ਪ੍ਰੈਕਟਿਸ ਆ ਪਰ ਉਹੀ ਧਰਮ ਦਾ ਪ੍ਰੋਪਰ ਫਾਲੋਅ ਅਪ ਮਰਨ ਤੋਂ ਬਾਅਦ ਕੀ ਕਰਨਾ ਹੈ ਇਹ ਧਰਮ ਦੀ ਇੱਕ ਨਿਸ਼ਾਨੀ ਤਾਂ ਕੋਈ ਨਾ ਕੋਈ ਧਰਮ ਇਹਨਾਂ ਨੇ ਮੰਨਣਾ ਸ਼ੁਰੂ मतलब ਧਰਮ ਬਣਿਆ ਨਹੀਂ ਹੋਗਾ ਕੋਈ ਬਿਲੀਫ ਆਇਆ ਹੋਗਾ ਕੋਈ ਵਿਸ਼ਵਾਸ ਆ ਰਹੇ ਹੋਣਗੇ ਇਹਨਾਂ ਚ ਤਾਂ ਮੌਤ ਤੋਂ ਬਾਅਦ ਦੀ ਜ਼ਿੰਦਗੀ ਦਾ ਇਹਨਾਂ ਦਾ ਕੋਈ ਵਿਸ਼ਵਾਸ ਰਹੂਗਾ ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਕਿਸੇ ਜਗ੍ਹਾ ਤੇ ਖੱਡਾ ਖੋਦਦੇ ਸੀ ਬਹੁਤ ਵੱਡਾ ਉੱਥੇ ਜਿਹੜਾ ਮੰਨਦਾ ਮਰਿਆ ਹੁੰਦਾ ਸੀ ਉਹਨੂੰ ਦਫਨਾਉਂਦੇ ਸੀ ਉਹਦਾ ਜਿੰਨਾ ਸਮਾਨ ਨਾ ਉਹਦੇ ਹਥਿਆਰ ਹੋ ਗਏ ਖਾਣ ਪੀਣ ਦਾ ਸਮਾਨ ਇਦਾਂ ਦੀ ਸਾਰੀ ਚੀਜ਼ਾਂ ਥੱਲੇ ਦਫਨਾ ਕੇ ਉਤੋਂ ਇਹਨੂੰ ਟੱਕ ਦਿੰਦੇ ਸੀ ਹੁਣ ਉਸ ਏਰੀਆ ਨੂੰ ਮਾਰਕ ਕਰਨ ਲਈ ਕਰਦੇ ਸੀ ਆ ਇਦਾਂ ਦੇ ਨਾਲ ਉੱਤੇ ਪੱਥਰ ਖੜੇ ਕਰ ਦਿੰਦੇ ਸੀ ਇਹ ਪੱਥਰਾਂ ਨੂੰ ਆਪਣੇ ਕਹਿੰਦੇ ਆ ਮੀਗਾਲਿਥਿਕ ਪੱਥਰ ਇਦਾਂ ਦੇ ਪੱਥਰਾਂ ਨੂੰ ਬੋਲਿਆ ਜਾਂਦਾ ਮੀਗਾਲਿਥਿਕ ਪੱਥਰ ਠੀਕ ਹੈ ਇਸ ਤਰੀਕੇ ਨਾਲ ਇੱਥੇ ਬਣ ਗਏ ਠੀਕ ਹੈ ਤਾਂ ਇੱਥੇ ਆਇਡੈਂਟੀਟੀ ਬਣ ਜਾਂਦੇ ਸੀ ਕਿ ਇਹਦੇ ਥੱਲੇ ਕਿਸੇ ਨੂੰ ਦਫਨਾਇਆ ਹੋਇਆ ਠੀਕ ਹੈ ਇਦਾਂ ਹੀ ਜੇ ਕੋਈ ਹੋਰ ਪਰਿਵਾਰ ਦਾ ਨਾਲ ਮੈਂਬਰ ਮਰ ਜਾਂਦਾ ਸੀ ਇੱਥੇ ਇੱਕ ਹੋਰ ਨਾਲ ਹੀ ਖੋਦ ਕੇ ਉਹਦੇ ਨਾਲ ਹੀ ਜੇ ਸੇਮ ਪਰਿਵਾਰ ਦਾ ਮੈਂਬਰ ਆ ਉਹਦੇ ਨਾਲ ਹੀ ਇੱਥੇ ਇੱਕ ਹੋਰ ਬਣਾ ਦਿੰਦੇ ਸੀ ਇਹ ਮਾਰਕ ਕਰਨ ਲਈ ਕਿ ਇੱਕੋ ਪਰਿਵਾਰ ਦੇ ਲੋਕ ਆ ਤਾਂ ਕਈ ਜਗ੍ਹਾਵਾਂ ਤੇ ਆਪਾਂ ਨੂੰ ਬਿਲਕੁਲ ਨਾਲ-ਨਾਲ ਦਫਨਾਏ ਹੋਏ ਲੋਕ ਵੀ ਮਿਲੇ ਆ ਇੱਕੋ ਪਰਿਵਾਰ ਦੇ ਠੀਕ ਹੈ ਤਾਂ ਉਹ ਵੀ ਕੋਈ ਕਿਸੇ ਨਾ ਕਿਸ ਟਾਈਪ ਦੇ ਵਿਸ਼ਵਾਸ ਦੀ ਗੱਲ ਹੋਊਗੀ ਹੁਣ ਚੱਲਦੇ ਆ ਸਿੰਧੂ ਘਾਟੀ ਸਭਿਅਤਾ ਦੇ ਬਾਰੇ ਦੇਖੋ ਸਿੰਧੂ ਘਾਟੀ ਸਭਿਅਤਾ ਬਹੁਤ ਹੀ ਨੋਖੀ ਸਭਿਅਤਾ ਕਿ ਅਜ ਤੋ ਆਲਮੋਸਟ 4000 ਸਾਲ ਪਹਿਲਾਂ ਹੀ ਰਹੀ ਐ ਪਰ ਅਜ ਤੋ 4000 ਸਾਲ ਪਹਿਲਾਂ ਇਹਨਾਂ ਨੇ ਸ਼ਹਿਰ ਬਣਾਏ ਹੋਏ ਸੀ ਇਹ ਸ਼ਹਿਰੀ ਸਭਿਤਾ ਸੀਗੀ ਠੀਕ ਹੈ ਤੁਹਾਡੀ ਸ਼ਹਿਰੀ ਸਭਿਤਾ ਸੀਗੀ ਠੀਕ ਹੈ 4000 ਸਾਲ ਪਹਿਲਾਂ ਇਹ ਲੋਕਾਂ ਨੇ ਸ਼ਹਿਰ ਬਣਾ ਕੇ ਰੱਖਤੇ ਸੀ ਜੋ ਅੱਜ ਵੀ ਆਪਣੇ ਕਈ ਸ਼ਹਿਰਾਂ ਚ ਜਿਹੜੇ ਫੀਚਰ ਨਹੀਂ ਹੈਗੇ ਨਾ ਇਹਨਾਂ ਨੇ ਬਣਾਏ ਹੋਏ ਸੀ ਤੇ ਇਹਨਾਂ ਦਾ ਜਿਹੜੇ ਕਿਹੜੇ ਇਲਾਕੇ ਵਿੱਚ ਹੀ ਰਹਿੰਦੇ ਸੀ ਦੇਖੋ ਜਿਹੜਾ ਅੱਜ ਆਪਣੇ ਪਾਕਿਸਤਾਨ ਦਾ ਇਲਾਕਾ ਹੈ ਪੰਜਾਬ ਦਾ ਇਲਾਕਾ ਹੈ ਥੱਲੇ ਹਾ ਥੋੜਾ ਜਿਹਾ ਰਾਜਸਥਾਨ ਤੇ ਗੁਜਰਾਤ ਦਾ ਏਰੀਆ ਹੈ ਇਹ ਸਾਰੇ ਏਰੀਆ ਵਿੱਚ ਰਹਿੰਦੇ ਸੀ ਇਸ ਏਰੀਆ ਵਿੱਚ ਹੀ ਕਿਉਂ ਰਹਿੰਦੇ ਸੀ ਦੇਖੋ ਇੱਥੇ ਕੋਈ ਘਨੇ ਜੰਗਲ ਨਹੀਂ ਸੀਗੇ ਤਾਂ ਪੇੜ ਕੱਟਣ ਦੀ ਲੋੜ ਨਹੀਂ ਸੀ ਖੁੱਲੇ ਮੈਦਾਨਾਂ ਦਾ ਇਲਾਕਾ ਸੀ ਕ ਉਹ ਵੱਡੇ ਵੱਡੇ ਘਾਈ ਹੁੰਦੇ ਸੀ ਸਭ ਤੋਂ ਜ਼ਿਆਦਾ ਤੇ ਇਸ ਕਾਰਨ ਇਹਨਾਂ ਨੂੰ ਇੱਥੇ ਉਹ ਘਾਵਾਂ ਨੂੰ ਸਾਰੇ ਘਾਵ ਨੂੰ ਸਾਫ਼ ਕਰਕੇ ਆਪਣੇ ਰਹਿਣ ਬਸੇਰਾ ਵਸਾਉਣਾ ਸੌਖਾ ਸੀ ਠੀਕ ਹੈ ਇਹਨਾਂ ਨੂੰ ਸਿੰਧੂ ਘਾਟੀ ਸੱਬੇ ਤੱਕ ਕਿਉਂ ਕਹਿੰਦੇ ਸਿੰਧੂ ਘਾਟੀ ਇੰਡਸ ਤੋਂ ਨਾਮ ਆਇਆ ਸਿੰਧੂ ਨਦੀ ਇਹ सिंधु ਦੇ ਆਸਪਾਸ ਸਿਆ ਇੰਡਸੀਆ ਇੰਡਸ ਦੀਆਂ ਟ੍ਰਿਬਿਊਟਰੀਜ਼ ਦੇ ਆਸਪਾਸ ਇਹਨਾਂ ਨੇ ਆਪਣੇ ਸਾਰੇ ਦੇ ਸਾਰੇ ਸ਼ਹਿਰ ਬਣਾਏ ਆ ਇਸੇ ਕਾਰਨ ਇਹਨਾਂ ਨੂੰ ਉਪਰ ਸਿੰਧੂ ਘਾਟੀ ਸਭਿਅਤਾ ਕਹਿੰਦੇ ਆ ਠੀਕ ਹੈ ਦਾ ਇਸ ਤਰੀਕੇ ਨਾਲ ਤਾਂ ਕਰੀ ਕੁਐਸਚਨ ਆ ਜੇ ਅਜਿਹੇ ਇਲਾਕਾ ਹੈਗਾ ਯਾਨੀ ਕਿ ਤੁਹਾਡਾ ਅ ਉੱਤਰ 25 ਇਲਾਕੇ ਵਿੱਚ ਇਹ ਤੁਹਾਡੀ ਸਾਰੇ ਦੇ ਸਾਰੇ ਸਭਿਅਤਾ ਵਸੀ ਸੀ ਠੀਕ ਹੈ ਇਸ ਚੀਜ਼ ਨੂੰ ਯਾਦ ਰੱਖਿਓ ਠੀਕ ਹੈ ਹੁਣ ਦੇਖੋ ਇਹ ਪੁਰਾਣੇ ਜ਼ਮਾਨੇ ਜਦੋਂ ਇਹਨਾਂ ਨੇ ਸ਼ਹਿਰ ਬਣਾਏ ਸ਼ਹਿਰ ਦੇ ਕੋਈ ਨਾ ਕੋਈ ਥੋੜੀ ਇਕਨੋਮੀ ਬਣਨੀ ਚਾਹੀਦੀ ਤਾਂ ਹੀ ਤੁਹਾਡੇ ਸ਼ਹਿਰ ਦਿਖਣਗੇ ਹੁਣ ਜਿਹੜੇ ਇਹਨਾਂ ਨੇ ਸ਼ਹਿਰ ਬਣਾਏ ਇਹਦੇ ਅੰਦਰ ਮਤਲਬ ਆਪ ਇਹਨਾਂ ਦੇ ਸ਼ਹਿਰਾਂ ਦਾ ਸਭ ਤੋਂ ਪਹਿਲਾਂ ਇਕਨੋਮੀ ਆਰਥਿਕ ਤਾਂ ਕੋਈ ਬਣਨੀ ਜ਼ਰੂਰੀ ਹੈ ਉਹ ਕਿੱਦਾਂ ਸੀਗੀ ਇੱਕ ਤਾਂ ਇਹਨਾਂ ਦੇ ਟਾਈਮ ਤੇ ਖੇਤੀਬਾੜੀ ਇਹਨਾਂ ਨੇ ਬਹੁਤ ਤਰੱਕੀ ਕੀਤੀ ਖੇਤੀਬਾੜੀ 'ਚ ਤੇ ਦੂਜੀ ਗੱਲ ਜਿਹੜੀ ਇਹਨਾਂ ਦੇ ਟਾਈਮ ਤੇ ਸੀਗੀ ਉਹ ਸੀਗੀ ਇਹ ਵਪਾਰ ਬਹੁਤ ਕਰਦੇ ਸੀ ਵਪਾਰ ਲਈ ਇਹ ਸਮੁੰਦਰ ਜਿਵੇਂ ਲੋਥਲ ਦਾ ਸ਼ਹਿਰ ਹੋ ਗਿਆ ਸੁਕਤਾਜਿੰਦਰ ਦਾ ਸ਼ਹਿਰ ਹੋ ਗਿਆ ਇੱਥੋਂ ਦੇ ਸਮੁੰਦਰ ਤੋਂ ਵੀ ਇਹ ਟ੍ਰੇਡ ਕਰਦੇ ਸੀ ਹੋਰ ਸਬੇਤਾਵਾਂ ਨਾਲ ਠੀਕ ਹੈ ਜ਼ਮੀਨ ਤੋਂ ਵੀ ਇਹ ਵਪਾਰ ਕਰਨ ਜਾਂਦੇ ਹੁੰਦੇ ਸੀ ਤੇ ਆਪਸ ਵਿੱਚ ਜਿਹੜੀਆਂ ਨਦੀਆਂ ਕਿਉਂਕਿ ਇਹ ਸਾਰਿਆਂ ਨੂੰ ਕਨੈਕਟ ਕਰਦੇ ਸੀ ਇਹਦੇ ਅੰਦਰ ਛੋਟੀਆਂ-ਛੋਟੀਆਂ ਇਹਨਾਂ ਨੇ ਬੋਟ ਰੱਖੀਆਂ ਹੁੰਦੀਆਂ ਸੀ ਉੱਤੇ ਤੋਂ ਥੱਲੇ ਨਦੀ 'ਚ ਕੁਝ ਵੀ ਲੈ ਕੇ ਜਾਣਾ ਉਹ ਤੋਂ ਇਹ ਸਾਰਾ ਸਮਾਨ ਲੈ ਜਾਂਦੇ ਸੀ ਇ게 ਇਸ ਤਰੀਕੇ ਨਾਲੇ ਵਪਾਰਿਕ ਵਪਾਰ ਵਿੱਚ ਚੰਗੇ ਸੀਗੇ ਇਸ ਕਾਰਨ ਇਹਨਾਂ ਨੇ ਕਾਫੀ ਤਰੱਕੀ ਕੀਤੀ ਤੇ ਕਾਫੀ ਪੈਸਾ ਲਗਾ ਕੇ ਇਹਨਾਂ ਨੇ ਚੰਗੇ ਖਾਸੇ ਸ਼ਹਿਰ ਬਣਾਏ ਠੀਕ ਹੈ ਹੁਣ ਦੇਖੋ ਆਪਾਂ ਨੂੰ ਇੱਕ ਹੋਰ ਚੀਜ਼ ਕੀ ਲੱਗਦੀ ਹੈ ਜਿਹੜੇ ਇਹਨਾਂ ਦੇ ਸ਼ਹਿਰ ਸੀ ਇਹਨਾਂ ਵਿੱਚੋਂ ਸਭ ਤੋਂ ਜਿਹੜੇ ਸਭ ਤੋਂ ਜਿਹੜੇ ਜ਼ਰੂਰੀ ਸ਼ਹਿਰ ਸੀ ਉਹ ਸੀਗੇ ਤੁਹਾਡੇ ਹਰੱਪਾ ਮੋਹਿੰਜੋਦਾਰੋ ਦੇ ਇਹ ਜਿਹੜੇ ਸ਼ਹਿਰ ਹੈ ਹਰਪਾ ਦਾ ਨਸਕਰ ਸਭ ਤੋਂ ਪਹਿਲਾਂ ਆਪਾਂ ਨੂੰ ਸ਼ਹਿਰ ਹੀ ਹਰੱਪਾ ਮਿਲਿਆ ਇੱਥੇ ਰੇਲਵੇ ਲਾਈਨ ਦੀ ਹੁੰਦੀ ਹੈ ਉਹ ਤੋਂ ਪੱਕੀਆਂ ਇੱਟਾਂ ਬਣਾ ਕੇ ਫੇਰ ਉਹ ਥੱਲੇ ਰੇਲਵੇ ਲਾਈਨ ਦੇ ਲਗਾਣੀ ਸੀ ਉਹ ਵੇਟ ਸੈਂਡ ਕਰ ਸਕੇ ਤਾਂ ਹੁਣ ਪੱਕੀਆਂ ਇੱਟਾਂ ਦੀ ਮਿੱਟੀ ਇਕੱਠੀ ਕਰਦੇ ਸੀ ਮਿੱਟੀ ਖੋਦਦੇ ਖੋਦਦੇ ਸਡਨਲੀ ਨਾ ਜ਼ਮੀਨ ਦੇ ਥੱਲੋਂ ਪੱਕੀਆਂ ਇੱਟਾਂ ਨਿਕਲਣ ਲੱਗੀਆਂ ਹੁਣ ਪੱਕੀਆਂ ਇੱਟਾਂ ਜ਼ਮੀਨ ਦੇ ਥੱਲੋਂ ਇਹਨਾਂ ਨੇ ਦਿਮਾਗ ਨਹੀਂ ਲਗਾਇਆ ਕਿ ਕਿਸ ਚੀਜ਼ ਤੋਂ ਨਿਕਲ ਰਹੀਆਂ ਮਤਲਬ ਜਿਹੜੇ ਉਸ ਟਾਈਮ ਉੱਥੇ ਕੰਮ ਕਰ ਰਹੇ ਸੀ ਉਹਨਾਂ ਨੇ ਦਿਮਾਗ ਨਹੀਂ ਲਾਇਆ ਉਹਨਾਂ ਨੇ ਕਿਹਾ ਲੈ ਕੰਮੀ ਬਚ ਗਿਆ ਉਹਨਾਂ ਨੇ ਪੱਕੀਆਂ ਇੱਟਾਂ ਕੱਢਣੀਆਂ ਸ਼ੁਰੂ ਕੀਤੀਆਂ ਤੇ ਰੇਲਵੇ ਲਾਈਨ ਚਲਾਉਣੀਆਂ ਸ਼ੁਰੂ ਕਰਤੀਆਂ ਉੱਥੇ ਬ੍ਰਿਟਿਸ਼ ਇੱਕ ਆਰਕੀਓਲੋਜਿਸਟ ਨਿਕਲ ਰਹੀ ਸੀ ਉਹਨਾਂ ਨੇ ਦੇਖਿਆ ਕੜੀ ਕੀ ਜਾਂਦੇ ਆ ਉਹਨਾਂ ਨੇ ਉੱਥੇ ਜਾ ਕੇ ਖੋਦਾਈ ਕਰਨ ਨੂੰ ਰੋਕਿਆ ਕਿ ਆ ਤੁਸੀਂ ਕੀ ਕਰੀ ਜਾਂਦੇ ਹੋ ਇੱਥੇ ਸ਼ਾਇਦ ਕੋਈ ਆਪਣੀ ਇਤਿਹਾਸਿਕ ਜਗ੍ਹਾ ਮਿਲ ਗਈ ਹੈ ਤੇ ਉਹ ਜਿਹੜੀ ਹਰੱਪਾ ਤੋਂ ਸ਼ੁਰੂ ਹੋਈ ਫਿਰ ਹੌਲੀ ਹੌਲੀ ਖੋਦਦੇ ਖੋਦਦੇ ਆਪਾਂ ਨੂੰ ਇਹ ਸਾਰੇ ਅਡੱਡ ਸ਼ਹਿਰ ਲੱਭਦੇ ਗਏ ਆ ਆਪਾਂ ਅਡੱਡ ਜਗ੍ਹਾ ਰਿਸਰਚ ਕੀਤੀਆਂ ਉਸ ਤੋਂ ਬਾਅਦ ਤੇ ਆਪਾਂ ਨੂੰ ਅਜੇ ਤੱਕ ਇੰਨੇ ਲੱਭ ਚੁੱਕੇ ਆ ਉਹਦੇ ਵਿੱਚੋਂ ਹਰੱਪਾ ਤੇ ਮੋਹਿੰਜੋਦਾਰੋ ਇਹ ਸਭ ਤੋਂ ਇੰਪੋਰਟੈਂਟ ਦੋ ਸ਼ਹਿਰ ਮੰਨੇ ਜਾਂਦੇ ਤੇ ਇਹ ਵੀ ਮੰਨਿਆ ਜਾਂਦਾ ਕਿ ਜਾਇ ਸ਼ਾਇਦ ਜਿਹੜੀ ਇਹ ਸਿੰਧੂ ਘਾਟੀ ਸਭਿਅਤਾ ਸੀ ਇਹਦੇ ਦੋ ਕੈਪੀਟਲ ਸੀਗੀਆਂ ਇਹਦੇ ਦੋ ਰਾਜਧਾਨੀਆਂ ਸੀਗੀਆਂ ਦੁਰਾਜ ਤੱਕ ਨੀ ਵਾਲੀ ਸਭਿਅਤਾ ਸੀ ਖਰੱਪਾ ਇੱਕ ਮਹਿੰਜੋਦਾਰੋ ਠੀਕ ਹੈ ਦੇਖੋ ਮੈਂ ਹਰ ਚੀਜ਼ ਤੇ ਕਿਉਂ ਬੋਲੀ ਜਾ ਰਹੇ ਕਿ ਅ ਸ਼ਾਇਦ ਸ਼ਾਇਦ ਇਦਾਂ ਕਿਉਂ ਸ਼ਾਇਦ ਇਦਾਂ ਕਿਉਂਕਿ આજ ਤੱਕ ਸੀ ਇਹਨਾਂ ਨੇ ਚੀਜ਼ਾਂ ਲਿਖੀਆਂ ਇਹਨਾਂ ਦੇ ਆਪਣੇ ਇੱਥੇ ਆਪਾਂ ਨੂੰ ਲਿਖੇ ਹੋਏ ਬਹੁਤ ਸਾਰੇ ਰਿਕਾਰਡ ਮਿਲੇ ਪਰ ਗੱਲ ਕੀ ਹੈ ਕਿ ਇਹਨਾਂ ਦੀ ਜੋ ਲਿਪੀ ਸੀ ਜਿੱਦਾਂ ਲਿਖ ਰਹੇ ਸੀ ਆਪਾਂ ਨੂੰ ਉਹ ਨਹੀਂ ਆਂਦਾ ਆਪਾਂ ਨੂੰ ਨਹੀਂ ਪਤਾ ਇਹ ਲਿਖ ਕੀ ਰਹੇ ਸੀ ਆਪਾਂ ਨੂੰ ਅੱਖਰ ਹੀ ਨਹੀਂ ਪਤਾ ਹੁਣ ਜਦ ਤੱਕ ਉਹ ਅੱਖਰ ਨਹੀਂ ਪਤਾ ਲੱਗਣਗੇ ਆਪਾਂ ਨੂੰ ਇਹ ਵੀ ਨਹੀਂ ਪਤਾ ਚੱਲਣਾ ਇਹਨਾਂ ਨੇ ਲਿਖਿਆ ਕੀ ਆ ਆਪਾਂ ਸਾਰੀਆਂ ਚੀਜ਼ਾਂ ਜਿਸ ਤਰੀਕੇ ਦੀ ਇਹਨਾਂ ਦੀ ਸਾਰੇ ਸ਼ਹਿਰ ਬਣੇ ਜਿਸ ਤਰੀਕੇ ਦੀ ਡਵੈਲਪਮੈਂਟ ਆ ਆਪਾਂ ਬਸ ਉਸੇ ਬੇਸਿਸ ਤੇ ਜੱਜ ਕਰ ਸਕਦੇ ਹਾਂ ਕਿ ਅੱਛਾ ਇਦਾਂ ਹੋ ਸਕਦਾ ਇਦਾਂ ਹੋ ਸਕਦਾ ਇਦਾਂ ਹੋ ਸਕਦਾ ਤੇ ਆਪਣੀ ਸਾਰੀ ਦੀ ਸਾਰੀ ਚੀਜ਼ ਇਸੇ ਉੱਤੇ ਹੀ ਵੇਜ ਹੈ ਕਿ ਆਪਾਂ ਇੱਕ ਸ਼ਹਿਰਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਇੱਕ ਥੋੜਾ ਈਸਟਰਨ ਸਾਈਡ ਹੋਗੀ ਤੇ ਇੱਕ ਥੋੜੀ ਵੈਸਟਰਨ ਸਾਈਡ ਹੋਗੀ ਜਿਹੜਾ ਤੁਹਾਡੇ ਵੈਸਟ ਪੈਂਦਾ ਸੀ ਵੈਸਟ ਵਾਲਾ ਹਿੱਸਾ ਛੋਟਾ ਹੁੰਦਾ ਸੀ ਤੇ ਈਸਟ ਵਾਲਾ ਹਿੱਸਾ ਵੱਡਾ ਹੁੰਦਾ ਸੀ ਠੀਕ ਹੈ ਹੁਣ ਜਿਹੜਾ ਹ ਵੈਸਟ ਵਾਲਾ ਹਿੱਸਾ ਇਹ ਥੋੜਾ ਜਿਹਾ ਏਰੀਆ ਉੱਚਾ ਸੀਗਾ ਆ ਮਲਾਸਪਾਸ ਦੇਖੋਗੇ ਇੱਥੇ ਥੋੜੀ ਧਰਤੀ ਉੱਚੀ ਹੈ ਇਹ ਹਮੇਸ਼ਾ ਬਾਕੀ ਇਹ ਥੱਲੇ ਵਾਲੇ ਏਰੀਆ ਤੋਂ ਮਤਲਬ ਉੱਤੇ ਬਣਿਆ ਹੋਇਆ ਸੀ ਠੀਕ ਹੈ ਇਹ ਜ਼ਿਆਦਾ ਉੱਚਾ ਸੀਗਾ ਏਰੀਆ ਤੇ ਛੋਟਾ ਸੀ ਇਹ ਆਪਣਾ ਮੰਨਣਾ ਹੈਗਾ ਇਹ ਇਹਨਾਂ ਦਾ ਗੜ੍ਹ ਸੀ ਗੜ੍ਹ ਸੀ ਯਾਨੀ ਕਿ ਇੱਥੇ ਸਿਰਫ ਸਰਕਾਰੀ ਬਿਲਡਿੰਗਸ ਜਾਂ ਕੋਈ ਜ਼ਰੂਰੀ ਬਿਲਡਿੰਗਸ ਹੀ ਐਗਜ਼ਿਸਟ ਕਰਦੀਆਂ ਹੋਣਗੀਆਂ ਜਿਵੇਂ ਆਪਾਂ ਨੂੰ ਮਹਿੰਜੋਦਾਰੋ ਤੇ ਹਰੱਪਾ ਵਿੱਚ ਇੱਥੇ ਆਪਾਂ ਨੂੰ ਗ੍ਰੀਨਰੀਜ਼ ਮਿਲੀਆਂ ਆਪਾਂ ਨੂੰ ਗੋਦਾਮ ਮਿਲੇ ਆ ਯਾਨੀ ਕਿ ਗੋਦਾਮ ਦੇਖੋ ਦੋ ਚੀਜ਼ਾਂ ਦੱਸਦੇ ਇੱਕ ਤਾਂ ਗੋਦਾਮ ਯਾਨੀ ਕਿ ਇਹਨਾਂ ਕੋਲ ਇੱਕ ਖਾਣਾ ਇਹਨਾਂ ਨੇ ਬੁਰੇ ਸਮੇਂ ਦਾ ਵੀ ਅੰਦਾਜ਼ਾ ਲਗਾ ਕੇ ਕਿ ਕਦੀ ਇਦਾਂ ਵੀ ਹੋ ਸਕਦਾ ਹੈ ਕਿ ਫਸਲਾਂ ਖਰਾਬ ਹੋ ਜਾਣ ਪਰ ਸਾਡੇ ਲੋਕ ਨਾ ਭੁੱਖੇ ਮਰਨ ਇਹਨਾਂ ਨੇ ਐਕਸਟਰਾ ਸਟੋਰ ਕਰਕੇ ਰੱਖਿਆ ਹੋਇਆ ਸੀ ਦੂਜੇ ਪਾਸੇ ਇਹ ਤਾਂ ਇਹ ਵੀ ਪਤਾ ਚੱਲਦਾ ਕਿ ਇਨਾਂ ਕੋਲੇ ਆਪਣੇ ਤੋਂ ਜ਼ਿਆਦਾ ਮਤਲਬ ਜਿੰਨੇ ਖਾਂਦੇ ਸੀ ਉਹ ਤੋਂ ਜ਼ਿਆਦਾ ਖਾਣਾ ਸੀਗਾ ਇਨਾਂ ਕੋਲੇ ਤਾਂ ਹੀ ਤਾਂ ਰੱਖ ਸਕਦੇ ਹੋ ਜੇ ਤੁਹਾਡਾ ਜਿੰਨਾ ਉਗਾ ਰਹੇ ਹੋ ਬਸ ਉਨੇ ਖਾ ਰਹੇ ਹੋ ਫਿਰ ਤਾਂ ਐਕਸਟਰਾ ਬਚਣਾ ਹੀ ਨਹੀਂ ਇਨਾਂ ਨੇ ਐਕਸਟਰਾ ਬਚਾ ਕੇ ਰੱਖਿਆ ਯਾਨੀ ਕਿ ਇੱਥੇ ਇੰਨੀ ਖੇਤੀવાડી ਵੱਧ ਚੁੱਕੀ ਸੀ ਕਿ ਇਹ ਆਪਣੇ ਤੋਂ ਜ਼ਿਆਦਾ ਖਾਣਾ ਬਣਾ 파 ਰਹੇ ਸੀ ਹੁਣ ਇਹ ਜਿਹੜਾ ਸਾਰਾ ਗੜ੍ਹ ਦਾ ਏਰੀਆ ਇਹਦੇ ਆਸ-ਪਾਸ ਦੀਵਾਰਾਂ ਵੀ ਬਣਾਈ ਹੋਈਆਂ ਸੀ ਇਹ ਤੋਂ ਵੀ ਪਤਾ ਚੱਲਦਾ ਕਿ ਇਸ ਏਰੀਆ ਨੂੰ ਇਹ ਪ੍ਰੋਟेक्ट ਕਰਨਾ ਚਾਹੁੰਦੇ ਸੀ ਬਚਾ ਕੇ ਰੱਖਣਾ ਚਾਹੁੰਦੇ ਸੀ ਤਾਂ ਹੀ ਕੋਈ ਦੀਵਾਰਾਂ ਬਣਾਈਆਂ ਹੋਣਗੀਆਂ ਥੱਲੇ ਬਾਕੀ ਸਾਰੇ ਆਮ ਲੋਕਾਂ ਲਈ ਸ਼ਹਿਰ ਸੀਗਾ ਸ਼ਹਿਰ ਦੇ ਬਿਲਕੁਲ ਨਾਲ ਥੋੜੀ ਨਦੀ ਜਾਂਦੀ ਸੀ ਹੁਣ ਸ਼ਹਿਰ ਕਿੱਦਾਂ ਦਾ ਸੀ ਦੇਖੋ ਸ਼ਹਿਰ ਦੇ ਅੰਦਰ ਅਰਬਨ ਫੀਚਰ ਤੁਹਾਨੂੰ ਹਜੇ ਐਡਡ ਦੱਸਾਂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹਨਾਂ ਦੇ ਇਕਨੋਮੀ ਦੀ ਦੁਆਰਾ ਗੱਲ ਕਰ ਲਈ ਇਹਨਾਂ ਦੇ ਦੇਖੋ ਆਸ-ਪਾਸ ਹੀ ਖੇਤ ਹੁੰਦੇ ਸੀ ਖੇਤ ਬਰਸਾਤ ਆਈ ਤਾਂ ਆਈ ਨਹੀਂ ਤਾਂ ਇਹ ਸਿੰਧੂ ਦਾ ਸਿੰਧੂ ਨਦੀ ਜਾਂ ਜੁਨੀਆ ਵੀ ਉਹਦੀ ਟ੍ਰਿਬਿਊਟਰੀ ਆ ਉਤੋਂ ਪਾਣੀ ਇਰੀਗੇਸ਼ਨ ਲੈ ਕੇ ਆਪਣੇ ਫਸਲਾਂ ਨੂੰ ਆਰਾਮ ਨਾਲ ਨਦੀਆਂ ਤੋਂ ਹੀ ਪਾਣੀ ਦੇ ਦਿੰਦੇ ਸੀ ਤਾਂ ਇਸ ਕਾਰਨ ਇਹਨਾਂ ਦੀ ਫਸਲ ਹਮੇਸ਼ਾ ਚੰਗੀਆਂ ਹੀ ਚੱਲਦੀਆਂ ਰਹੀਆਂ ਹੋਣਗੀਆਂ ਦੂਜੀ ਚੀਜ਼ ਹੁਣ ਜਿਹੜੇ ਇਹਨਾਂ ਦੇ ਸ਼ਹਿਰ ਸੀਗੇ ਦੇਖੋ ਜਿਵੇਂ ਚੰਡੀਗੜ੍ਹ ਬਣਿਆ ਹੋਇਆ ਹੈ ਚੰਡੀਗੜ੍ਹ ਦਾ ਐਕਚੁਅਲੀ ਮੈਂ ਤੁਹਾਨੂੰ ਦੱਸਾਂ ਆਪਾਂ ਹਮੇਸ਼ਾ ਕਹਿੰਦੇ ਆ ਕਿ ਫ੍ਰੈਂਚ ਆਰਕੀਟੈਕਟ ਲੀ ਕਾਰਪੂਜ਼ੀਅਰ ਨੇ ਸ਼ਹਿਰ ਬਣਾਇਆ ਐਕਚੁਅਲੀ ਜਿਹੜਾ ਉਹਨੇ ਸ਼ਹਿਰ ਬਣਾਇਆ ਉਹਦੀ ਇਨਸਪੀਰੇਸ਼ਨ ਸਿੰਧੂ ਘਾਟੀ ਤੋਂ ਲਈ ਆ ਉਹਨੇ ਕਿਉਂਕਿ ਅੱਜ ਵੀ ਤੁਸੀਂ ਚੰਡੀਗੜ੍ਹ ਦਾ ਵੀ ਨਕਸ਼ਾ ਦੇਖੋਗੇ ਨਾ ਚੰਡੀਗੜ੍ਹ ਦੇ ਇੱਕ ਪਾਸੇ ਨੂੰ ਤੁਹਾਡੇ ਸਾਰੇ ਜਿਹੜੇ-ਸਾਰੇ ਗਵਰਨਮੈਂਟ ਦੀਆਂ ਬਿਲਡਿੰਗਸ ਐ ਸੈਕਟਰੀਅਟ ਹਾਈ ਕੋਰਟ ਇਹ ਸਭ ਕੁਝ ਇੱਕ ਪਾਸੇ ਨੂੰ ਆ ਬਾਕੀ ਸਾਰਾ ਰੈ residențial ਏਰੀਆ ਉਦੋਂ ਬਾਅਦ ਇਹਨਾਂ ਦੀਆਂ ਹੁਣ ਦੇਖ ਮੈਂ ਤੁਹਾਨੂੰ ਬਹੁਤ ਸਾਰੇ ਸਿਮਿਲਰ ਫੀਚਰ ਦੱਸਦਾ ਅਗਲੀ ਵਾਰੀ ਚੰਡੀਗੜ੍ਹ ਜ ਜੇ ਤੁਸੀਂ ਕਮਰੇ ਹੋਗੇ ਕੋਰੀ ਨੂੰ ਰਿਲੇਟ ਕਰਕੇ ਦੇਖਿਓ ਤੁਹਾਨੂੰ ਕਾਫੀ ਚੀਜ਼ਾਂ ਮਿਲਦੀਆਂ ਜਲਦੀਆਂ ਦੇਖਣਗੀਆਂ ਇਨਾਂ ਨੇ ਵੀ ਆਪਣੇ ਜਿਹੜਾ ਇਹਨਾਂ ਦੇ ਸ਼ਹਿਰ ਸੀ ਇਹਨਾਂ ਨੂੰ ਇੱਕ ਤਰੀਕੇ ਨਾਲ ਸੈਕਟਰਾਂ ਵਾਂਗ ਵੰਡਿਆ ਹੋਇਆ ਸੀ ਜਿੱਥੇ ਸਾਰੀਆਂ ਸੜਕਾਂ ਇੱਕ ਦੂਜੇ ਨੂੰ 90 ਡਿਗਰੀ ਤੇ ਆ ਕੇ ਮਿਲਦੀਆਂ ਸੀ ਆਪਸ 'ਚ ਇਹਨਾਂ ਦੇ 90 ਡਿਗਰੀ ਇਸ ਤਰੀਕੇ ਨਾਲ ਐਂਗਲ ਬਣਦੇ ਸੀ ਆਪਸ ਨੂੰ 90 ਡਿਗਰੀ 'ਚ ਆ ਕੇ ਮਿਲਦੀਆਂ ਸੀ ਹੁਣ ਇਦੋਂ ਬਾਅਦ ਜਿਹੜੇ ਵੀ ਆਹ ਸੈਕਟਰ ਮਤਲਬ ਜਿਹੜੇ ਆਹ ਇਲਾਕੇ ਬਣ ਗਏ ਇਹਨਾਂ ਦੇ ਅੰਦਰ ਜਿੰਨੇ ਵੀ ਘਰ ਹੈ ਘਰਾਂ ਦੀ ਹਮੇਸ਼ਾ ਬੈਕ ਸਾਈਡ ਲੱਗਦੀ ਸੀ ਮੇਨ ਰੋਡ ਨੂੰ ਜੇ ਘਰਾਂ ਤੱਕ ਜਾਣਾ ਹੈ ਤਾਂ ਹਮੇਸ਼ਾ ਅੰਦਰੋਂ ਐਂਟਰ ਕਰਕੇ ਫੇਰ ਇਹ ਘਰਾਂ ਤੱਕ ਤੁਸੀਂ ਜਾ ਸਕਦੇ ਹੋ ਠੀਕ ਹੈ ਕਿਸੇ ਦਾ ਵੀ ਘਰ ਸਿੱਧ ਉਦੋਂ ਬਾਅਦ ਬਾਕੀ ਵੀ ਹਜੇ ਜਿਵੇਂ ਸ਼ਹਿਰਾਂ ਦੇ ਜਿਵੇਂ ਫੀਚਰ ਦੀ ਗੱਲ ਕਰਾਂ ਦੇਖੋ ਇਹਨਾਂ ਨੇ ਕੀ ਕੀਤਾ ਸੀ ਅੱਜ ਵੀ ਆਪਣੇ ਕਈ ਸ਼ਹਿਰਾਂ ਜਿਵੇਂ ਫੀਚਰ ਨਹੀਂ ਹੁੰਦੇ ਇਹਨਾਂ ਨੇ ਸਾਰੀ ਜਗ੍ਹਾ ਤੇ ਆਪਣਾ ਸੀਵੇਜ ਸਿਸਟਮ ਦਿੱਤਾ ਸੀ ਠੀਕ ਹੈ ਜਿਵੇਂ ਤੁਹਾਡੇ ਗਟਰ ਗੁੱਟਰ ਸਾਰੀ ਜਗ੍ਹਾ ਤੋਂ ਤੁਹਾਡਾ ਵੇਸਟ ਕਲੈਕਟ ਹੁੰਦਾ ਸੀ ਇੱਕ ਮੇਨ ਸੀਵੇਜ ਜਗ੍ਹਾ ਗਿਰਦਾ ਸੀ ਇਹ ਮੇਨ ਸੀਵੇਜੇ ਸਾਰਾ ਦਾ ਸਾਰਾ ਇਕੱਠਾ ਕਰਕੇ ਜਾ ਕੇ ਨਦੀ ਵਿੱਚ ਸਾਰਾ ਗਿਰ ਦੂਗਾ ਸਾਰਾ ਵੇਸਟ ਜਿੰਨਾ ਵੀ ਜਿੰਨੇ ਵੀ ਟਾਇਲਟਸ ਤੋਂ ਆਇਆ ਸਾਰੇ ਘਰਾਂ ਦੇ ਵਿੱਚੋਂ ਉਹ ਸਾਰਾ ਦਾ ਸਾਰਾ ਬਾਹਰ ਜਾ ਕੇ ਗਿਰ ਦੂਗਾ ਹੁਣ ਦੇਖੋ ਜਦ ਵੀ ਤੁਹਾਡਾ ਕਿਤੇ ਵੀ ਨਾਲੀ ਜਾਊਗੀ ਨਾਲੀ ਦੇ ਅੰਦਰ ਬਹੁਤ ਹੀ ਗੰਦਾ ਪਾਣੀ ਬਦਬੂਦਾਰ ਪਾਣੀ ਤੇ ਬਿਮਾਰੀਆਂ ਵੀ ਨਿਆ ਫੈਲਦੀਆਂ ਇਹਨਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਸੀ ਇਹਨਾਂ ਨੇ ਖੁੱਲੇ ਨਾਲੇ ਨਹੀਂ ਬਣਾਏ ਇਹਨਾਂ ਨੇ ਪੱਕੀਆਂ ਇੱਟਾਂ ਨਾਲ ਪਹਿਲਾਂ ਦਾ ਸਾਰਾ ਇਲਾਕਾ ਬਣਾਇਆ ਤਾਂ ਕਿ ਜ਼ਮੀਨ ਦੇ ਅੰਦਰ ਨਾ ਜਾਵੇ ਸਾਰਾ ਤੇ ਸਾਰਾ ਗੰਦ ਉਦੋਂ ਬਾਅਦ ਪੱਕੀਆਂ ਇੱਟਾਂ ਨਾਲ ਸਾਰਾ ਕੁਝ ਬਣਾਇਆ ਸੀ ਅੱਜ ਵੀ ਆਪਾਂ ਘਰ ਵੀ ਪੱਕੀਆਂ ਇੱਟਾਂ ਨਾਲ ਬਣਾਉਂਦੇ ਆਂ ਉਦਾਂ ਦੀ ਇੱਟਾਂ ਇਹ ਵੀ ਬਣਾ ਰਹੇ ਸੀ ਅੱਜ ਆਪਾਂ ਪਟੀਆਂ ਤੇ ਬਣਾਉਂਦੇ ਆਂ ਇਹ ਉਸ ਜ਼ਮਾਨੇ 'ਚ ਇਹ ਵੀ ਬਣਾ ਰਹੇ ਸੀ ਉਦਾਂ ਦੀਆਂ ਇੱਟਾਂ ਇਸ ਸਾਰੀ ਚੀਜ਼ ਨੂੰ ਉੱਤੇ ਇਹ ਕੋਈ ਨ ਤਾਂ ਕਿ ਇਹ ਹਮੇਸ਼ਾ ਜਿਹੜਾ ਗੰਦਾ ਟਕਿਆ ਰਹੇ ਤੇ ਬਦਬੂ ਬਾਰ ਨਾ ਹੋਵੇ ਉਦੋਂ ਬਾਅਦ ਕਿਉਂਕਿ ਜਗਾ ਜਗਾ ਤੋ ਸਾਫ ਕਰਨ ਦੀ ਲੋੜ ਹੈ ਇਹਨਾਂ ਨੇ ਵੀ ਗੱਟਰ ਵੀ ਬਣਾਏ ਸੀ ਤਾਂ ਕਿ ਖੋਲ ਕੇ ਸਾਫ ਕੀਤਾ ਜਾ ਸਕੇ ਜਦ ਵੀ ਜ਼ਰੂਰਤ ਪਵੇ ਠੀਕ ਹੈ ਤੇ ਸਾਰਾ ਵੇਸ ਜਾ ਕੇ ਥੋੜੀ ਨਦੀ ਚ irdਾ ਸੀ ਦੇਖੋ ਇਹਨਾਂ ਨਦੀ ਗੰਦੀ ਨਹੀਂ ਹੁੰਦੀ ਸੀ ਕਿਉਂਕਿ ਇੱਕ ਚੀਜ਼ ਹੁੰਦੀ ਆ ਆਪਾਂ ਅੱਗੇ ਜਦੋਂ এনਵਾਇਰਨਮੈਂਟ ਦਾ ਸਬਜੈਕਟ ਪੜਾਂਗੇ ਉਦੋਂ ਪੜਾਂਗੇ ਕੈਰੀਂਗ ਕਪੈਸਿਟੀ ਕੈਰੀਂਗ ਕਪੈਸਿਟੀ ਦਾ ਮਤਲਬ ਹੁੰਦਾ ਕਿ ਦੇਖੋ ਕੁਦਰਤ ਇਦਾਂ ਨਹੀਂ ਹੈ ਕਿ ਕੁਦਰਤ ਤੁਸੀਂ ਕੁਝ ਵੀ ਸਿੱਟੋਗੇ ਉਹ ਗੰਦੀ ਹੈ ਕੁਦਰਤ ਇੱਕ ਹੱਦ ਤੱਕ ਜਿੰਨਾ ਆਪਾਂ ਗੰਦ ਸਿੜਦੇ ਆ ਉਹਨੂੰ ਸਾਰਾ ਖਤਮ ਕਰ ਦਿੰਦੀ ਆ ਪੋਲੂਸ਼ਨ ਨਹੀਂ ਬਣਦਾ ਪਰ ਇੱਕ ਹੱਦ ਤੋਂ ਬਾਅਦ ਉਹ ਗੰਦ ਬਣਨਾ ਸ਼ੁਰੂ ਹੁੰਦਾ ਹੁਣ ਆਪਣੀ ਆਬਾਦੀ ਇੰਨੀ ਵੱਧ ਗਈ ਹੈ ਕਿ ਹੁਣ ਜਦੋਂ ਆਪਾਂ ਚੀਜ਼ਾਂ ਸਿੜਦੇ ਆ ਉਹ ਗੰਦ ਆਪਣੇ ਬਣਨਾ ਹਰ ਬੰਦੇ ਨੇ ਥੋੜਾ ਥੋੜਾ ਵੀ ਸਿਟਿਆ ਆਪਣੀ ਆਬਾਦੀ ਇੰਨੀ ਹੈ ਕਿ ਆਪਣੇ ਵੀ ਗੰਦ ਬਣ ਜੂਗਾ ਪਰ ਇਸ ਟਾਈਮ ਆਬਾਦੀ ਇੰਨੀ ਨਹੀਂ ਸੀਗੀ ਤਾਂ ਨਦੀਆਂ ਆਪਣੇ ਆਪ ਨੂੰ ਕੁਦਰਤ ਦੇ ਅੰਦਰ ਇੱਕ ਖੁਦ ਕਰਿਸ਼ਮਾ ਹੀ ਹੈ ਕਿ ਆਪਣੇ ਆਪ ਨੂੰ ਖੁਦ ਸਾਫ਼ ਕਰ ਲੈਂਦੀ ਆ ਤੇ ਸਾਰਾ ਗੰਦ ਖਤਮ ਹੋ ਜਾਂਦਾ ਹੁੰਦਾ ਸੀ ਨਦੀਆਂ ਦੇ ਅੰਦਰ ਹੀ ਕਿਉਂਕਿ ਅੰਦਰ ਬੈਕਟੀਰੀਆ ਇਹ ਸਭ ਖਾ ਜਾਂਦੇ ਆ ਪਰ ਉਹ ਇੱਕ ਹੱਦ ਤੱਕ ਹੀ ਖਾ ਸਕਦੇ ਆ ਤੇ ਇਸ ਕਾਰਨ ਇਹ ਸਾਰਾ ਦਾ ਸਾਰਾ ਖਤਮ ਹੋ ਜਾਂਦਾ ਸੀ ਸਾਫ ਹੋ ਜਾਂਦਾ ਸੀ ਅੱਜ ਵੀ ਖਾਂਦੇ ਆ ਪਰ ਹੁਣ ਹੈਗਾ ਹੀ ਇੰਨਾ ਜ਼ਿਆਦਾ ਵੇਸਟ ਹੈ ਕਿ ਉਹ ਸਾਰਾ ਦਾ ਸਾਰਾ ਖਾਈ ਨਹੀਂ ਪਾਂਦੇ ਤਾਂ ਹੀ ਉਹ ਆਪਾਂ ਨੂੰ ਗੰਦੇ ਤੌਰ ਤੇ ਦਿਖਦਾ ਹੈ ਤੇ ਇਸ ਤਰੀਕੇ ਦੀ ਹੈ ਸਾਰੀ ਦੀ ਸਾਰੀ ਸਿੰਧੂ ਘਾਟੀ ਸੱਭਿਤਾ ਬਣੀ ਹੋਈ ਸੀ ਠੀਕ ਹੈ ਤੇ ਕਾਫੀ ਜ਼ਿਆਦਾ ਵਿਕਸਿਤ ਸ਼ਹਿਰ ਸੀ ਆ ਬਾਕੀ ਸਾਰੇ ਪੁਆਇੰਟ ਵੀ ਇੱਥੇ ਲਿਖੇ ਆ ਸਾਰੇ ਦਾ ਸਾਰੇ ਤੁੜੀ ਅਤੇ ਪਾਲਸ ਕਰਕੇ ਚਾਹੀ ਪੜ੍ਹ ਵੀ ਲਓ ਇਦਾਂ ਹੀ ਡਾਇਰੈਕਟਲੀ ਪੇਪਰ 'ਚ ਸਟੇਟਮੈਂਟ ਬਣ ਜਾਂਦੀ ਹੈ ਸਟੇਟਮੈਂਟ ਵਾਂਗੂ ਹੀ ਕੁਐਸਚਨ ਮੈਥੇ ਲਿਖੀਏ ਸਾਰੇ ਲੰਘਾ ਰੱਖੀਏ ਹੁਣ ਇਸ ਦੇ ਇਲਾਵਾ ਇਦਾਂ ਤੁਹਾਡੇ ਸ਼ਹਿਰ ਸੀ ਗਲੀਆਂ ਸੀਗੀਆਂ ਸਭ ਕੁਝ ਸੀਗਾ ਠੀਕ ਹੈ ਉਸ ਸਮੇਂ ਜਿਹੜੇ ਵਪਾਰੀ ਸੀਗੇ ਨਾ ਵਪਾਰੀ ਆਪਣੇ ਆਪ ਨੂੰ ਆਪਣੇ ਪ੍ਰੋਡਕਟ ਦੀ ਬ੍ਰਾਂਡਿੰਗ ਕਰ ਲਈ ਕਿਉਂਕਿ ਇੰਡਸ ਵੈਲੀ ਦਾ ਸਮਾਨ ਦੁਨੀਆ ਭਰ 'ਚ ਵਿਕਦਾ ਸੀ ਤੇ ਇਹ ਆਪਣੀ ਬ੍ਰਾਂਡਿੰਗ ਕਰਨ ਲਈ ਕੀ ਕਰਦੇ ਸੀ ਇਹ ਨਾ ਆਪਣੀਆਂ ਸਟੈਂਪਸ ਬਣਵਾਉਂਦੇ ਹੁੰਦੇ ਸੀ ਇਹ ਕਿ ਕਿ ਆਪਣੇ ਸਮਾਨ ਉਤੇ ਇਹ ਮੋਹਰ ਲਗਾ ਕੇ ਭੇਜ ਸਕਣ ਤਾਂ ਕਿ ਪਤਾ ਲੱਗ ਸਕੇ ਕਿ ਆਹ ਵਾਲੇ ਵਪਾਰੀ ਨੇ ਸਮਾਨ ਭੇਜਿਆ। ਜਦੋਂ ਇਹ ਆ ਆਪਣੀ ਸਟੈਂਪ ਬਣਾਉਂਦੇ ਸੀ ਪਲੇਨ ਨਹੀਂ ਹੁੰਦੀ ਸੀ ਇਹਦੇ ਉਤੇ ਕੋਈ ਨਾ ਕੋਈ ਜਾਨਵਰ ਬਣਿਆ ਹੋਊਗਾ ਕੁਛ ਨਾ ਕੁਛ ਰਾਈਟਿੰਗ ਹੁੰਦੀ ਸੀ। ਇਹ ਪਹਿਲੀ ਗੱਲ ਤਾਂ ਸਕੁਅਰ ਸ਼ੇਪ ਵਿੱਚ ਹੁੰਦੀ ਸੀ। ਤੁਹਾਨੂੰ ਕਦੀ ਵੀ ਇਹ ਪੁੱਛਿਆ ਜਾ ਸਕਦਾ ਪੇਪਰ ਜਿਹੜੀਆਂ ਉਹਨਾਂ ਦੇ ਉਸ ਟਾਈਮ ਵਿੱਚ ਅਮ ਥੋੜੀਆਂ ਸਟੈਂਪ ਸੀਗੀਆਂ, ਸੀਲ ਸੀਗੀਆਂ। ਉਹ ਕਿਸ ਸ਼ੇਪ ਵਿੱਚ ਸੀਗੀਆਂ? ਤਾਂ ਯਾਦ ਰੱਖਿਓ ਸਕੁਅਰ ਸ਼ੇਪ ਵਿੱਚ ਸੀਗੀਆਂ। ਠੀਕ ਹੈ ਦੂਜੀ ਚੀਜ਼ ਜਿਹੜੀ ਤੁਹਾਨੂੰ ਇੱਥੇ ਪੁੱਛੀ ਜਾ ਸਕਦੀ ਹੈ ਉਹ ਹੈਗੀ ਹੈ ਕਿ ਇਹਨਾਂ ਦਾ ਮਕਸਦ ਕੀ ਸੀ ਕਿਉਂ ਬਣਾਇਆ ਜਾਂਦੇ ਸੀ ਵਪਾਰ ਲਈ ਬਣਾਇਆ ਜਾਂਦੇ ਸੀ ਸਿਰਫ ਸੋਨੇ ਦੇਖਣ ਲਈ ਜਾਂ ਕਾਰੀਗਰੀ ਲਈ ਨਹੀਂ ਕੀਤਾ ਜਾਂਦਾ ਸੀ ਆਪਣੀ ਅੱਡ ਪਛਾਣ ਤੋਂ ਬਣਾਉਣ ਲਈ ਇਹਨਾਂ ਨੇ ਬਣਵਾਈਆਂ ਹੁੰਦੀਆਂ ਸੀ ਠੀਕ ਹੈ ਹੁਣ ਇਹਨਾਂ ਦੇ ਥਰੂ ਵੀ ਆਪਾਂ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਵੇਂ ਕਿਹੜੀ ਚੀਜ਼ਾਂ 'ਚ ਵਿਸ਼ਵਾਸ ਕਰਦੇ ਸੀ ਕੀ ਮੰਨਦੇ ਸੀ ਠੀਕ ਹੈ ਇਹ ਦੱਸਣ ਤੋਂ ਪਹਿਲਾਂ ਦੇਖੋ ਆਹ ਜਿਵੇਂ ਆਪਾਂ ਨੂੰ ਗੋਦਾਮ ਮਿਲੇ ਗੋਦਾਮ ਦੀਆਂ ਨਾ ਕੋਈ ਜਗਾਵਾਵਾਂ ਮਿਲੀ ਆਪਨ ਹੁਣ ਆਬਵੀਅਸਲੀ ਉਹ ਗੋਦਾਮ ਦੀਆਂ ਦੀਵਾਰਾਂ ਟੁੱਟ ਟੁੱਟ ਚੁੱਕੀਆਂ ਪਰ ਆਪਾਂ ਨੂੰ ਇੱਥੇ ਕਿਉਂਕਿ ਪੁਰਾਣੇ ਬੀਜ ਬੂਤ ਸਭ ਕੁਝ ਮਿਲੇ ਆ ਉਹ ਤਾਂ ਬਰ ਚੱਲਦਾ ਕਿ ਇੱਥੇ ਕਦੀ ਗੋਦਾਮ ਰਹੇ ਹੋਣਗੇ ਠੀਕ ਹੈ ਇਸੇ ਤਰੀਕੇ ਨਾਲ ਆਪਾਂ ਨੂੰ ਮੋਹਿੰਜੋਦਾਰੋ ਵਿੱਚ ਨਾ ਆਈਸ ਏਰੀਆ ਨੂੰ ਕਹਿੰਦੇ ਆ ਗ੍ਰੇਟ ਬਾਥ ਇਹ ਗ੍ਰੇਟ ਬਾਥ ਕੀ ਇਹ ਨਾ ਇੱਕ ਤਰੀਕੇ ਦਾ সুইমিং ਪੂਲ ਟਾਈਪ ਦੀ ਜਗ੍ਹਾ ਪਰ ਇਹਦਾ ਯੂਜ਼ ਇਹ ਕਿਸ ਚੀਜ਼ ਲਈ ਕਰਦੇ ਸੀ ਕਿ ਆਮ সুইমিং ਪੂਲ ਵਾਂਗੂ ਹੀ ਕਰਦੇ ਸੀ ਜਾਂ ਕੋਈ ਖਾਸ ਰਿਲੀਜੀਅਨ ਲਈ ਕਰਦੇ ਸੀ ਇਹਦਾ ਹਜੇ ਕੁਝ ਕਲੀਅਰ ਨਹੀਂ ਹੈ ਕਿਉਂਕਿ ਰਿਲੀਜੀਅਨ ਦੇ ਆਪਾਂ ਨੂੰ ਕੋਈ ਇਨਸਪੈਕ ਕੋਈ ਮੰਦਿਰ ਜਾਂ ਇਦਾਂ ਦੀ ਕੋਈ ਚੀਜ਼ ਨਹੀਂ ਮਿਲਿਆ ਤਾਂ ਇਹਨਾਂ ਰਿਲੀਜੀਅਨ ਕੀ ਸੀ ਇਹਦੇ ਕੋਈ ਠੋਸ ਸਬੂਤ ਨਹੀਂ ਆਪਾਂ ਨੂੰ ਇੱਕ ਮੂਰਤੀ ਮਿਲੀ ਹੈ ਮਦਰ ਗੋਡੈਸ ਦੀ ਜਿਹਨੇ ਨੇਚਰ ਦੀ ਵਰਸ਼ਿਪ ਕਰਦੇ ਸੀ ਉਹਦੇ ਸਬੂਤ ਮਿਲੇ ਆ ਠੀਕ ਹੈ ਉਦੋਂ ਬਾਅਦ ਆਹ ਜਿਹੜਾ ਹੁਣ ਗ੍ਰੇਟ ਬਾਥ ਹੈ ਇਹਦੇ ਆ ਦੋਨੋਂ ਸਾਈਡ ਪੌੜੀਆਂ ਉੱਤਰਦੀਆਂ ਥੱਲੇ ਨੂੰ ਇਸ ਸਾਰੇ ਏਰੀਆ ਵਿੱਚ ਇੱਥੇ ਨਾਲ ਹੀ ਇਹਨਾਂ ਦੇ ਵੈਲ ਬਣਾਏ ਹੁੰਦੇ ਸੀ ਉੱਥੋਂ ਦੀ ਪਾਣੀ ਭਰਿਆ ਜਾਂਦਾ ਸੀ ਆ ਆਸ-ਪਾਸ ਇੱਥੇ ਕਮਰੇ ਬਣਾਏ ਹੋਏ ਸੀ ਔਰਤਾਂ ਦੀ ਪ੍ਰਾਈਵੇਸੀ ਲਈ ਠੀਕ ਹੈ ਉਸ ਤੋਂ ਬਾਅਦ ਇਹਨੂੰ ਕਦੀ-ਕਦੀ ਭਰਦੇ ਸੀ ਪਰ ਉਹੀ ਗੱਲ ਹੈ ਕਿਉਂ ਭਰਦੇ ਸੀ ਇਹਦਾ ਕੋਈ ਕਾਰਨ ਨਹੀਂ ਹੈ ਔਰ ਮਤਲਬ ਆਪਾਂ ਨੂੰ ਹਜੇ ਪਤਾ ਨਹੀਂ ਹੈ ਆ ਸਾਰਾ ਦਾ ਸਾਰਾ ਥੱਲੇ ਪੱਕੀਆਂ ਇੱਟਾਂ ਹੀ ਲੱਗੀਆਂ ਹੋਈਆਂ ਆ ਪੱਕੀਆਂ ਇੱਟਾਂ ਦੇ ਅੰਦਰ ਥੋੜਾ ਮੋਟਾਰ ਭਰਿਆ ਹੋਇਆ ਜਿਵੇਂ ਅੱਜ ਆਪਾਂ ਸੀਮੈਂਟ ਹੈ ਸੀਮੈਂਟ ਦਾ ਪਹਿਲਾ ਵਾਲਾ ਰੂਹ ਮੋਟਾਰ ਉਹਨੂੰ ਭਰ ਕੇ ਪੂਰਾ ਸੀਲ ਕੀਤਾ ਹੋਇਆ ਕਿ ਪਾਣੀ ਕਿਤੋਂ ਦੀ ਵੀ ਇਤੇ ਹੋਰ ਨਾ ਜਾਵੇ ਪਰ ਇਹਦੇ ਅੰਦਰ ਡਰੇਨ ਜ਼ਰੂਰ ਬਣਾਇਆ ਸੀ ਕਿ ਜਦ ਪਾਣੀ ਕੱਢਣਾ ਹੋਵੇ ਪਾਣੀ ਕੱਢ ਕੇ ਇੱਥੋਂ ਬਾਹਰ ਕੱਢਦੀ ਹੈ ਠੀਕ ਹੈ ਤਾਂ ਉਹਦਾ ਇੰਤਜ਼ਾਮ ਵੀ ਸੀ ਉਹਨੂੰ ਬਸ ਉਹਦਾ ਬਲੌਕ ਕਰ ਦਿੰਦੇ ਸੀ ਪਾਣੀ ਇਕੱਠਾ ਕਰ ਲੈਂਦੇ ਸੀ ਜਦੋਂ ਕੱਢਣਾ ਪਾਣੀ ਫਿਰ ਕੱਢ ਦਿੰਦੇ ਸੀ ਠੀਕ ਹੈ ਹੁਣ ਅੱਗੇ ਜਿਹੜਾ ਹੈਗਾ ਇਹ ਹੀ ਤਿੰਨ ਚੀਜ਼ਾਂ ਨੂੰ ਆਪਾਂ ਅੱਡੜ ਤਰੀਕੇ ਤੇ ਪੜੀਏ ਤੁਹਾਡਾ ਉਸ ਜ਼ਮਾਨੇ ਵਿੱਚ ਪੋਲੀਟੀ ਕਿਦਾਂ ਦੀ ਸੀਗੀ ਆਰਥਿਕਤਾ ਕਿਦਾਂ ਦੀ ਸੀ ਤੇ ਸਮਾਜ ਕਿਦਾਂ ਦਾ ਸੀ ਦੇਖੋ ਪੋਲੀਟੀ ਇੱਥੇ ਆਪਣਾ ਮੰਨਣਾ ਕਿ ਇੱਥੇ ਕੋਈ ਨਾ ਕੋਈ ਕੇਂਦਰੀ ਸਰਕਾਰ ਰਹੀ ਹੋਊਗੀ ਕਿਉਂਕਿ ਜੇ ਸਾਰੇ ਸ਼ਹਿਰਾਂ ਦਾ ਨਕਸ਼ਾ ਆਲਮੋਸਟ ਸੇਮ ਜਿਹਾ ਹੈਗਾ ਫੀਚਰ ਸੇਮ ਜਿਹੇ ਹੈਗੇ ਤਾਂ ਕੋਈ ਤਾਂ ਇੱਕ ਸੈਂਟਰ ਵਿੱਚ ਬੰਦਾ ਬੈਠਾ ਹੋਊਗਾ ਨਾ ਜਾਂ ਕੋਈ ਗਵਰਨਮੈਂਟ ਹੋਊਗੀ ਜਿਹੜੀ ਸਾਰਿਆਂ ਨੂੰ ਦੱਸ ਰਹੀ ਹੋਊਗੀ ਕਿਦਾਂ ਦੇ ਸ਼ਹਿਰ ਬਣਾਣੇ ਕਿਦਾਂ ਦਾ ਕੀ ਕਰਨਾ ਠੀਕ ਹੈ ਦੂਜੀ ਜਿਹੜੀ ਚੀਜ਼ ਹੈ ਦੇਖੋ ਆਪਾਂ ਨੂੰ ਇੱਕ ਨਾ ਮੂਰਤੀ ਮਿਲੀ ਹੈ ਉਹ ਮੂਰਤੀ ਦਾ ਆਪਾਂ ਨੂੰ ਮਤਲਬ ਕਲੀਅਰ ਨਹੀਂ ਹੈ ਕਿ ਉਹ ਕਿਸੇ ਪੰਡਿਤ ਦੀ ਮੂਰਤੀ ਹੈ ਜਾਂ ਕਿਸੇ ਰਾਜੇ ਦੀ ਮੂਰਤੀ ਕਿਉਂਕਿ ਉਹ ਬੰਦਾ ਇੰਪੋਰਟੈਂਟ ਹੋਗਾ ਤਾਂ ਹੀ ਅਗਲੀ ਦੀ ਮੂਰਤੀ ਬਣਾਈ ਗਈ ਹੈ ਉਹਨੂੰ ਆਪਾਂ ਦਾਰਸ਼ਨਿਕ ਰਾਜਾ ਵੀ ਕਹਿੰਦੇ ਆ ਕਿ ਸ਼ਾਇਦ ਪੰਡਿਤ ਹੋਵੇ ਜਾਂ ਕੋਈ ਰਾਜਾ ਹੋਵੇ ਕਿਉਂਕਿ ਉਹਨੇ ਅੱਧੀਆਂ ਅੱਖਾਂ ਉਹਨੂੰ ਕੈਂਟ ਨੂੰ ਇੰਗਲਿਸ਼ ਕਹਿੰਦੇ ਫਿਲਾਸਫਰ ਕਹਿੰਦੇ ਜਿਹਨੂੰ ਸਾਰੀ ਨੋਲਿਜ ਸੀ ਠੀਕ ਹੈ ਮਤਲਬ ਇਦਾਂ ਕੈਂਟ ਠੀਕ ਹੈ ਹੁਣ ਉਹ ਕੋਣ ਅਸਲੀ ਜੋ ਨਹੀਂ ਪਤਾ ਉਹ ਇੱਥੇ ਪੂਰਾ ਇੱਕਦਮ ਸ਼ਾਲ ਵਾਂਗੂ ਲਪੇਟਿਆ ਹੋਇਆ ਉਹਦੇ ਉੱਤੇ ਪੂਰਾ ਡਿਜ਼ਾਈਨ ਬਣਿਆ ਹੋਇਆ ਉਹਦੇ ਮੱਥੇ ਤੇ ਇੱਕ ਬੈਂਡ ਬੰਦਿਆ ਉਹ ਬਣਿਆ ਹੋਇਆ ਠੀਕ ਹੈ ਤਾਂ ਬੰਦਾ ਕੌਣ ਸੀ ਉਹਦਾ ਨਹੀਂ ਪਤਾ ਪਰ ਕੋਈ ਬਹੁਤ ਹੀ ਜ਼ਰੂਰੀ ਹੋਗਾ ਤਾਂ ਉਹਦਾ ਇੱਕ ਨਾਮ ਇਹ ਵੀ ਲਿੱਤਾ ਜਾਂਦਾ ਕਿ ਸ਼ਾਇਦ ਉਹ ਰਾਜਾ ਸੀਗੇ ਇਸ ਪੂਰੇ ਇਲਾਕੇ ਦਾ ਠੀਕ ਹੈ ਦੂਜਾ ਹੈ ਬਹੁਤ ਹੀ ਸ਼ਾਂਤ ਸੁਭਾਅ ਦੇ ਲੋਕ ਸੀਗੇ ਇਹ ਜ਼ਿਆਦਾ ਲੜਾਈਆਂ ਵਿੱਚ ਨਹੀਂ ਪਏ ਕਿਉਂਕਿ ਆਪਾਂ ਨੂੰ ਨਾ ਇਨ ਸਪੈਸਿਫਿਕ ਕੋਈ ਹਥਿਆਰ ਨਹੀਂ ਮਿਲੇ ਇਹਨਾਂ ਦੇ ਜਿਨ੍ਹਾਂ ਨੂੰ ਆਪਾਂ ਹਥਿਆਰ ਕਹਿ ਸਕੀਏ ਦੇਖੋ ਕੁਝ ਇਦਾਂ ਦੀਆਂ ਚੀਜ਼ਾਂ ਜ਼ਰੂਰ ਮਿਲੀਆਂ ਜਿਨ੍ਹਾਂ ਨੂੰ ਆਪਾਂ ਹਥਿਆਰ ਕਹਿ ਸਕਦੇ ਆ ਕਹਿਣ ਨੂੰ ਜਿਵੇਂ ਆਪਾਂ ਨੂੰ ਕੁਲਹਾੜੀ ਮਿਲੀ ਆ ਆਪਾਂ ਨੂੰ ਭਾਲਾ ਮਿਲਿਆ ਠੀਕ ਹੈ ਆਪਾਂ ਨੂੰ ਬੋਹਨ ਐਰੋ ਮਿਲਿਆ ਠੀਕ ਹੈ ਤੀਰ ਕਮਾਨ ਮਿਲਿਆ ਇਦਾਂ ਦੀਆਂ ਚੀਜ਼ਾਂ ਪਰ ਮਿਲੀਆਂ ਪਰ ਜਿਹੜੀਆਂ ਇਹ ਚੀਜ਼ਾਂ ਇਹ ਸ਼ਿਕਾਰ ਲਈ ਵੀ ਇਸਤੇਮਾਲ ਹੋ ਸਕਦੀਆਂ ਤੇ ਥੋੜੇ ਹਾਂ ਲੜਾਈ ਵਿੱਚ ਵੀ ਇਸਤੇਮਾਲ ਹੋ ਸਕਦੇ ਤੁਸੀਂ ਬੰਦਾ ਵੀ ਮਾਰ ਸਕਦੇ ਜਾਨਵਰ ਵੀ ਮਾਰ ਸਕਦੇ ਹੁਣ ਇਹ ਕਰਦੇ ਕੀ ਸੀ ਕਿਉਂਕਿ ਆਪਾਂ ਨੂੰ ਨਾ ਤਲਵਾਰ ਮਿਲੀ ਨਾ ਢਾਲ ਮਿਲੀ ਆ ਇਸ ਕਾਰਨ ਆਪਾਂ ਲੱਗਦਾ ਕਿ ਇਹ ਜ਼ਿਆਦਾ ਲੜਾਈਆਂ ਵਿੱਚ ਸੀਗੇ ਹੀ ਨਹੀਂ ਤੇ ਦੂਜੀ ਗੱਲ ਜੋ ਇਹਨਾਂ ਦਾ ਸਭ ਤੋਂ ਅ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਕਿਉਂ ਆਪਾਂ ਲੱਗਦਾ ਹੈ ਕਿ ਇਹ ਪੀਸਫੁਲੀ ਰਹੇ ਹੋਣਗੇ ਇਹਨਾਂ ਨੂੰ ਨਾ ਲੋਹੀ ਦੀ ਕੋਈ ਨੌਲੇਜ ਸੀਗੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਲੋਹਾ ਹੁੰਦਾ ਕੀ ਹੈ ਹੁਣ ਹਥਿਆਰ ਜਿਵੇਂ ਇਹਨਾਂ ਐਕਸ ਜਿਹੜਾ ਹੈਗਾ ਜੀ ਪੇੜ ਵੀ ਕੱਟਣੇ ਹਨ ਇਹ ਇਸੇ ਇਲਾਕੇ ਵਿੱਚ ਕਿਉਂ ਰਹੇ ਇਦੋ ਇਲਾਕੇ ਹਾ ਯਮੁਨਾ ਵਾਲਾ ਜਿੰਨਾ ਇਲਾਕਾ ਇਹ ਸਾਰਾ ਇੱਥੇ ਨਾ ਬਹੁਤ ਹੀ ਘਨੇ ਜੰਗਲ ਹੈ ਉਸ ਜ਼ਮਾਨੇ ਸਿੱਗੇ ਹੁਣ ਤਾਂ ਚਲੋ ਕੱਟਦੇ ਆਪਾਂ ਜੇ ਇੱਧਰ ਨੂੰ ਜਾਣਾ ਸੀ ਤਾਂ ਇਹਨਾਂ ਨੂੰ ਆਹ ਸਭ ਤੋਂ ਪਹਿਲਾਂ ਪੇੜ ਕੱਟਣੇ ਪੈਣੇ ਸੀ ਹੁਣ ਉਹਦੇ ਲਈ ਚਾਹੀਦੀ ਹੈ ਲੋਹੇ ਦੀ ਬਣੀ ਹੋਈ ਕੁਲਾੜੀ ਹੁਣ ਉਹ ਤਾਂ ਹੈ ਨਹੀਂ ਠੀਕ ਹੈ ਇਹਨਾਂ ਦਾ ਜਿਹੜਾ ਇਸੇ ਕਾਰਨ ਆਪਨੋ ਹੀ ਲੱਗਦਾ ਕਿ ਇਹਨਾਂ ਦੇ ਕੋਈ ਚੰਗੇ ਹਥਿਆਰ ਬਣ ਵੀ ਨਹੀਂ ਸਕਦੇ ਸੀ ਸ਼ਾਇਦ ਤਾਂ ਹੀ ਵੀ ਇਹਨਾਂ ਨੇ ਇਹ ਪੀਸ ਬਣਾਏ ਰੱਖੇ ਇਹਨਾਂ ਦਾ ਸਭ ਤੋਂ ਮੇਨ ਮੈਟਲ ਸੀਗਾ ਉਹ ਸੀਗਾ ਤਾਂਬਾ ਤਾਂਬਾ ਇਹ ਕਾਪਰ ਸੀਗਾ ਸਭ ਤੋਂ ਮੇਨ ਮੈਟਲ ਤਾਂ ਤਾਂਬਾ ਤਾਂਬੇ ਦੀਆਂ ਚੀਜ਼ਾਂ ਬਣੀਆਂ ਹੋਈਆਂ ਕੋਈ ਜ਼ਿਆਦਾ ਸਟਰੋਂਗ ਨਹੀਂ ਹੁੰਦੀ ਆ ਉਹਦੇ ਕੋਲਹਾੜੀ ਪੇੜ ਤੇ ਮਾਰੋਗੇ ਕੋਲਹਾੜੀ ਟੁੱਟ ਚੂਗੀ ਤਾਂ ਇਸ ਕਾਰਨ ਇਹਨਾਂ ਨੇ ਪੇੜ ਪੁੱਟ ਤਾਂ ਹੀ ਨਹੀਂ ਕੱਟੇ ਹੋਣੇ ਇਸ ਕਾਰਨ ਇਹ ਪੀਸਫੁਲੀ ਰਹੇ ਆ ਦੂਜੇ ਪਾਸੇ ਵੀ ਕਿ ਜ਼ਿਆਦਾ ਲੜਾਈਆਂ ਵਿੱਚ ਵੀ ਨਹੀਂ ਪਏ ਹੋਣੇ ਠੀਕ ਹੈ ਹੁਣ ਆਰਥਿਕਤਾ ਦੀ ਗੱਲ ਕਰੀਏ ਖੇਤੀਬਾੜੀ ਇਹਨਾਂ ਦਾ ਮੇਨ ਕੰਮ ਸੀਗਾ ਖੇਤੀਬਾੜੀ ਚੰਗੀ ਹਾਲ ਚੱਲ ਰਹੀ ਸੀ ਵੀਟ ਬਾਰਲੇ ਵਰਗੀਆਂ ਚੀਜ਼ਾਂ ਇਹ ਉਗਾ ਰਹੇ ਸੀ ਠੀਕ ਹੈ ਇਹ ਵਪਾਰ ਵੀ ਕਰਦੇ ਸੀ ਵਪਾਰ ਤੋਂ ਬਹੁਤ ਸਾਰਾ ਪੈਸਾ ਕਮਾ ਰਹੇ ਸੀ ਬਾਰਟਰ ਸਿਸਟਮ ਇਹਨਾਂ ਦਾ ਮੇਨ ਸਿਸਟਮ ਸੀ ਦੇਖੋ ਬਾਰਟਰ ਸਿਸਟਮ ਕੀ ਹੁੰਦਾ ਬਾਰਟਰ ਸਿਸਟਮ ਦਾ ਮਤਲਬ ਹੁੰਦਾ ਜਿੱਥੇ ਪੈਸਾ ਨਹੀਂ ਇਨਵੋਲਵ ਹੁੰਦਾ ਤੁਸੀਂ ਇੱਕ ਸਮਾਨ ਦੇ ਕੇ ਦੂਜਾ ਸਮਾਨ ਲੈਣੇ ਹੋ ਤਾਂ ਪੈਸਾ ਐਕਸਚੇਂਜ ਨਹੀਂ ਕਰ ਰਹੇ ਸਮਾਨ ਐਕਸਚੇਂਜ ਕਰ ਰਹੇ ਹੋ ਠੀਕ ਹੈ ਅੱਜ ਦੇ ਜ਼ਮਾਨੇ 'ਚ ਪੈਸੇ ਦੇ ਬਿਨਾ ਕੰਮ ਨਹੀਂ ਹੋ ਸਕਦਾ ਕਿਉਂਕਿ ਖੁਦ ਮੰਨ ਕੇ ਚੱਲੋ ਲੈਟਸ ਸਪੋਸ ਏ ਬੀ ਸੀ ਡੀ ਇਹ ਸਿਸਟਮ ਕਿੰਨਾ ਔਖਾ ਬਾਰਟਰ ਸਿਸਟਮ ਹੈ ਦੇ ਟਾਈਮ 'ਚ ਤੁਸੀਂ ਏ ਹੋ ਤੋਡੇ ਕੋਲੇ ਵੀਟ ਸੀਗੀ ਠੀਕ ਹੈ ਤੁਸੀਂ ਪਰ ਚਾਵਲ ਚਾਹੁੰਦੇ ਸੀ ਰਾਈਸ ਚਾਹੁੰਦੇ ਸੀ ਤੁਹਾਨੂੰ ਪਤਾ ਹੈ ਬੀ ਕੋਲੇ ਰਾਈਸ ਹੈ ਤੁਸੀਂ ਬੀ ਕੋਲੇ ਗਏ ਕਿ ਮੇਰੇ ਤੋਂ ਵੀਟ ਲੈ ਲਾ ਮੈਨੂੰ ਰਾਈਸ ਦੇ ਦੇ ਬੀ ਕਹਵੇ ਮੇਰੇ ਕੋਲ ਵੀਟ ਆਲਰੇਡੀ ਹੈਗੀ ਹੈ ਮੈਨੂੰ ਤਾਂ ਲੈਦਰ ਚਾਹੀਦੀ ਆ ਚਮੜਾ ਚਾਹੀਦਾ ਤੁਸੀਂ ਸੀ ਕੋਲੇ ਗਏ ਕਿ ਅੱਛਾ ਸੀ ਲੈਦਰ ਸੀ ਕੋਲ ਸੀ ਤੁਸੀਂ ਸੀ ਨੂੰ ਜਾ ਕੇ ਮੇਰੇ ਤੋਂ ਵੀਟ ਲੈ ਲਓ ਮੈਨੂੰ ਲੈਦਰ ਦੇ ਦਿਓ ਸੀ ਕਹਵੇ ਮੇਰੇ ਕੋਲ ਤਾਂ ਵੀਟ ਹੈਗੀ ਆ ਮੈਨੂੰ ਤਾਂ ਲੱਕੜ ਚਾਹੀਦੀ ਆ वुਡ ਚਾਹੀਦੀ ਆ ਤੁਸੀਂ ਡੀ ਕੋਲੇ ਗਏ ਸਾਰਾ ਦਿਨ ਇਦਾਂ ਦਾ ਬੰਦਾ ਇਦਾਂ ਹੀ ਘੁੰਮਦਾ ਰਹੇ ਜਦ ਤੱਕ ਬੰਦੇ ਨੂੰ ਸਮਾਨ ਨਾ ਮਿਲੇ ਜੋ origignal ਲੈਣ ਗਿਆ ਹੋ ਠੀਕ ਹੈ ਇਸੇ ਲਈ ਆਪਾਂ ਵਿੱਚ ਪੈਸਾ ਬਾਚ ਲੈ ਆਏ ਆ ਕਿ ਆਹ ਪੈਸਾ ਰੱਖੋ ਪੈਸਾ ਆਪਸ ਵਿੱਚ exchange ਕਰੋ ਠੀਕ ਹੈ ਸਮਾਨ ਪਰ ਪਹਿਲਾਂ ਇਦਾਂ ਹੀ ਹੁੰਦਾ ਸੀ ਬਸ ਸਮਾਨ ਦੇ ਬਦਲੇ ਸਮਾਨ barter system ਕਹਿੰਦੇ ਸੀ ਇਹਨੂੰ ਠੀਕ ਹੈ ਉਸ ਜ਼ਮਾਨੇ ਸੋਨੇ ਤੇ ਚਾਂਦੀ ਦੇ ਸਿੱਕੇ ਵੀ ਆ ਗਏ ਸੀ ਪਰ ਇਹ ਮੇਨ ਸਿੱਕੇ ਮਤਲਬ ਇਹ ਵੱਡੇ ਤੌਰ ਤੇ ਇਸਤੇਮਾਲ ਨਹੀਂ ਹੋ ਰਹੇ ਇਸੇ ਬਸ ਥੋੜੇ ਥੋੜੇ ਇਸਤੇਮਾਲ ਕਰ ਇਸੇ ਠੀਕ ਹੈ ਜਿਹੜਾ ਸੋਨਾ ਚਾਂਦੀ ਤੇ ਕੀਮਤੀ ਪੱਥਰ ਸੀਗੇ ਸਾਰੇ ਬਾਹਰੋਂ ਯਾਦ ਕੀਤੇ ਜਾਂਦੇ ਸੀ ਜਿਵੇਂ ਅਫਗਾਨਿਸਤਾਨ ਤੋਂ ਗਿਆ ਅੱਜ ਦੇ ਕਰਨਾਟਕ ਦੇ ਏਰੀਆ ਤੋਂ ਗਿਆ ਇਦਾਂ ਜਗ੍ਹਾ ਤੋਂ ਠੀਕ ਹੈ ਤੇ ਆਪਾਂ ਖੇਤੀਬਾੜੀ ਤੇ ਇਦਾਂ ਦੀਆਂ ਸਾਰੀਆਂ ਚੀਜ਼ਾਂ ਆਪਾਂ ਨਿਰਯਾਤ ਕਰਦੇ ਸੀ ਬਾਹਰ ਭੇਜਦੇ ਸੀ ਸਮਾਜ ਦੀ ਗੱਲ ਕਰੀਏ ਦੇਖੋ ਬਹੁਤ ਹੀ ਫੈਸ਼ਨੇਬਲ ਸਮਾਜ ਸੀਗਾ ਇਹਨਾਂ ਨੇ ਸਿੰਧੂ ਘਾਟੀ ਸੰਭੇਤਾ ਇਸ ਚੀਜ਼ ਵੀ ਬਹੁਤ ਅੱਗੇ ਰਹੀ ਹੈ ਇਹਨਾਂ ਨੇ ਇਸ ਜ਼ਮਾਨੇ ਵਿੱਚ ਤੋੜੇ ਮੇਕਅਪ ਬਣਾ ਲਿਆ ਸੀ ਇਸ ਜ਼ਮਾਨੇ ਵਿੱਚ ਵੀ ਇਹਨਾਂ ਦੇ ਮੇਕਅਪ ਐਗਜ਼ਿਸਟ ਕਰਦਾ ਸੀ ਦੂਜੀ ਚੀਜ਼ ਇੱਥੇ ਫੈਸ਼ਨੇਬਲ ਦਾ ਮਤਲਬ ਹੈ ਕਿ ਇੱਕ ਤਾਂ ਦੇਖੋ ਮੇਕਅਪ ਵੀ ਬਣਾ ਲਿਆ ਸੀ ਦੂਜੇ ਇੱਥੇ ਜਿਹੜੇ ਚਾਹੇ ਮਰਦ ਹੋਣ ਚਾਹੇ ਔਰਤ ਹੋਣ ਉਹ ਦੋਨੋਂ ਜੁਐਲਰੀ ਪਾਉਂਦੇ ਸੀ ਠੀਕ ਹੈ ਕੰਨਾਂ ਵਿੱਚ ਮੁੰਦਰਾਂ ਵੀ ਪਾਉਂਦੇ ਸੀ ਗਲੇ ਵਿੱਚ ਮਾਲਾਂ ਵੀ ਪਾਉਂਦੇ ਸੀ ਤਾਂ ਕਾਫੀ ਸਜ ਸਵਰ ਕੇ ਲੋਕ ਰਹਿੰਦੇ ਸੀ ਠੀਕ ਹੈ ਮਨੋਰੰਜਨ ਲਈ ਜੂਏ ਵਰਗੀਆਂ ਚੀਜ਼ਾਂ ਵੀ ਇਹ ਖੇលਦੇ ਰਹੇ ਆ ਕਿ ਕਿਸੇ ਕਿਸਮ ਦਾ ਧਰਮ ਹੋਣ ਦੀ ਆਪਾਂ ਨੂੰ ਕੋਈ ਨਾ ਕੋਈ ਨਿਸ਼ਾਨੀਆਂ ਮਿਲੀਆਂ ਕਿ ਕੋਈ ਤਾਂ ਧਰਮ ਹੋਊਗਾ ਚਾਹੇ ਵੈਲ ਡਵੈਲਪ ਨਹੀਂ ਹੋਊਗਾ ਕਿਉਂਕਿ ਆਪਾਂ ਨੂੰ ਜਿਵੇਂ ਇੱਕ ਆਵਿਕ ਵਪਾਰੀ ਦੀ ਸਟੈਂਪ ਮਿਲੀ ਹੈ ਇਹਦੇ ਉੱਤੇ ਪਸ਼ੂਪਤੀ ਸੀਲ ਕਹਿੰਦੇ ਇਹਨੂੰ ਆਪਾਂ ਇਹਦੇ ਉੱਤੇ ਪਸ਼ੂਪਤੀ ਦੀ ਹਾਂ ਮੂਰਤੀ ਜੀ ਬਣੀ ਹੋਈ ਹੈ ਜਿਹਨੂੰ ਆਪਾਂ ਪ੍ਰੋਟੋ ਜੋ ਸ਼ਿਵਾ ਜੀ ਹੈ ਉਹਨਾਂ ਦੀ ਇੱਕ ਤਰੀਕੇ ਦਾ ਇੱਕ ਪਹਿਲਾ ਦਾ ਰੂਪ ਬਣਿਆ ਹੋਇਆ ਹੈ ਠੀਕ ਹੈ ਇਹਦੇ ਉੱਤੇ ਹਾਂ ਤਿੰਨ ਮੂੰਹ ਇੱਥੇ ਇਸ ਉੱਤੇ ਠੀਕ ਹੈ ਇਹਦਾ ਤਿੰਨ ਫੇਸਿਸ ਆ ਉੱਤੇ ਇੱਕ ਮੁਕਟ ਪਾਇਆ ਹੋਇਆ ਹੈ ਇਸ ਤੋਂ ਬਾਅਦ ਇੱਕ ਯੋਗਾ ਦੇ ਪੋਸਚਰ 'ਚ ਬੈਠੇ ਹੋਏ ਆ। ਥੱਲੇ ਪੈਰਾਂ ਵਿੱਚ ਦੋ ਤੁਹਾਡੇ ਹਿਰਨ ਆ। ਠੀਕ ਹੈ? ਇੱਕ ਆ ਰਿਹਾ ਹਾਥੀ। ਇਹ ਕਹਿੰਦੇ ਸਾਰੇ ਜਾਨਵਰ ਨਹੀਂ ਲਿਖੇ ਹੋਏ। ਇੱਕ ਤੁਹਾਡਾ ਟਾਈਗਰ, ਇੱਕ ਤੁਹਾਡੀ ਬਫਲੋ, ਠੀਕ ਹੈ? ਤੇ ਇੱਕ ਤੁਹਾਡਾ ਗੈਂਡਾ ਰਾਈਨੋ। ਇਹ ਸਾਰੇ ਜਾਨਵਰ ਇਹ ਤੋਂ ਹੁਣ ਹੁਣ ਇੱਕ ਤਾਂ ਆਪਾਂ ਦੇਖੋ ਧਰਮਾਰੇ ਬਚਦਾ ਦੂਜੇ ਇਹਨਾਂ ਨੇ ਜੋ ਜਾਨਵਰ ਬਣਾਏ ਇਹਨਾਂ ਨੇ ਦੇਖੇ ਹੋਣੇ ਤਾਂ ਹੀ ਇੰਨੀ ਐਕਿਊਰੇਟ ਜਾਨਵਰ ਬਣਾ ਪਾਰੇ ਸੀ ਅੱਜ ਦੇ ਜ਼ਮਾਨੇ ਦੀ ਗੱਲ ਕਰੀਏ ਦੇਖੋ ਅੱਜ ਜਿਹੜਾ ਟਾਈਗਰ ਆ ਬਾਗ ਆ ਹਾਥੀ ਆ ਰਾਈਨੋ ਆ ਗੈਂਡਾ ਆ ਇਹ ਸਾਰੀਆਂ ਚੀਜ਼ਾਂ ਅੱਜ ਪੰਜਾਬ ਜਾਂ ਪਾਕਿਸਤਾਨ ਦੇ ਏਰੀਆ ਚ ਨਹੀਂ ਮਿਲਦੀਆਂ ਪਰ ਲੌਂਗ ਟਰਮ ਚ ਜਿਹੜੀ ਆਪਣਾ ਕਲਾਈਮੇਟ ਚੇਂਜ ਹੋਇਆ ਹੌਲੀ ਹੌਲੀ ਗਰਮੀ ਵਧਈਏ ਸਾਰੇ ਜਾਨਵਰ ਇੱਥੋਂ ਮਰ ਗਏ ਜਾਂ ਇੱਥੋਂ ਚਲੇ ਗਏ ਪਰ ਜਿਹੜੇ ਬਾਕੀ ਮਤਲਬ ਇਹ ਤੋਂ ਆਪਾਂ ਨੂੰ ਬਚਦਾ ਕਿਸੇ ਜ਼ਮਾਨੇ ਚ ਇਹ ਜਾਨਵਰ ਇੱਥੇ ਐਗਜ਼ਿਸਟ ਕਰਦੇ ਰਹੇ ਹੋਣੇ ਆ ਠੀਕ ਹੈ ਹੁਣ ਨਹੀਂ ਕਰਦੇ ਤਾਂ ਇਹ ਤੋਂ ਕਲਾਈਮੇਟ ਚੇਂਜ ਦਾ ਵੀ ਆਪਾਂ ਨੂੰ ਪਤਾ ਚੱਲਦਾ ਹੈ ਕਦੀ ਮੀਨਸ ਵਿੱਚ ਕਲਾਈਮੇਟ ਚੇਂਜ ਦਾ ਆਨਸਰ ਲਿਖਣਾ ਹੋਵੇ ਤਾਂ ਇਸ ਚੀਜ਼ ਨੂੰ ਯਾਦ ਰੱਖਿਓ ਤੇ ਹਮੇਸ਼ਾ ਤਾਂ ਇੱਕ ਕਲਾਈਮੇਟ ਚੇਂਜ ਇੱਕ ਨੈਚੁਰਲ ਪ੍ਰੋਸੈਸ ਵੀ ਹੈ ਕਿ ਧਰਤੀ ਨੇ ਆਪਣੇ ਆਪ ਗਰਮ ਹੁੰਦੇ ਵੀ ਰਹਿਣਾ ਤੇ ਉਹਦਾ ਅਸਰ ਇਸ ਤੀਸ ਤੋਂ ਵੀ ਦਿਖਦਾ ਬਸ ਆਪਾਂ ਉਸ ਦਾ ਰਫਤਾਰ ਵਧਾਤੀ ਹੈ ਗਰਮ ਕਰਨ ਵਾਲੀ ਠੀਕ ਹੈ ਹੁਣ ਜਿਹੜਾ ਆਪਾਂ ਟਰੇਡ ਕਰਦੇ ਸੀ ਦੇਖੋ ਆਹ ਇੱਥੇ ਏਰੀਆ ਇੱਥੇ ਥੋੜੀ ਸੁਮੇਰ ਹੁੰਦਾ ਸੀ ਸੁਮੇਰ ਦੀ ਇੱਥੇ ਸੱਭੇ ਤਾਂ ਹੁੰਦੀ ਸੀ ਆਪਾਂ ਈਜੀਪਟ ਨਾਲ ਟਰੇਡ ਕਰਦੇ ਸੀ ਇਹ ਸਾਰੀ ਜਗ੍ਹਾ ਨਾਲ ਆਪਣੇ ਟ੍ਰੇਡ ਦੇ ਰਿਸ਼ਤੇ ਬਣੇ ਰਹੇ ਆ ਇਹ ਸੀਗਾ ਆਪਣਾ ਇਦਾਂ ਲੈਕਚਰ ਅਗਲੇ ਲੈਕਚਰਸ ਆਪਾਂ ਗੱਲ ਕਰਾਂਗੇ ਸਿੰਧੂ ਘਾਟੀ ਸੱਭੇ ਦਾ ਕਿਉਂ ਖਤਮ ਹੋਈ ਤੇ ਉਹਦੀ ਜਗ੍ਹਾ ਤੇ ਵੈਦਿਕ ਯਜ ਵੀ ਆਪਾਂ ਫੇਰ ਸ਼ੁਰੂ ਕਰਾਂਗੇ ਇਹ ਸੀਗੇ ਪਹਿਲੇ ਦੋ ਚੈਪਟਰ ਥੈਂਕ ਯੂ ਮਿਲਤੇ